ਪੱਗਤਾ ਜਿੱਤਿਆ ਜਦੋਂ ਟੂਰਨਾਮੈਂਟ ਦੇ ਲਈ ਤੇ ਕੁਝ ਨਾ ਕੁਝ ਖੇਡ ਦੇ ਮੈਦਾਨ ਵਿੱਚ ਕਰਕੇ ਦਿਖਾਉਣਾ ਪੈਣਾ ਹੈ। ਉਹ ਮੈਂ ਨਹੀਂ ਕਹਿੰਦਾ, ਸਾਰੀ ਦੁਨੀਆ ਕਹਿੰਦੀ ਆ ਵੀ ਸੱਤਾ ਪਹਿਲਾਂ ਤਿੰਨ ਜਾਂ ਕਲਜਦਾ ਹੈ ਤੇ ਦੋ ਰਿਕਾਰਡ ਵਾਲੇ ਮੁੰਡੇ ਦੇ ਰਿਕਾਰਡ ਬੋਲ ਰਿਹਾ ਹੈ। ਤਗੜਾ ਮੈਚ ਖੇਡ ਦੇ ਮੈਦਾਨ ਵਿੱਚ ਤੇ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ, ਹੁਣ ਪਤਾ ਲੱਗੂ ਕਿਹਦਾ ਤਗੜਾ ਸਰੀਰ। ਇਹਨਾਂ ਨਾਲ ਤਾਂ ਘੱਟ ਸੀ ਗੱਲ ਜੀ, ਇਹਨਾਂ ਨਾਲ ਤਾਂ ਆਪਣੀ ਜੀ 12 ਹੋ ਜਾ ਗੱਲ, ਇਹਨਾਂ ਨਾਲ ਤਾਂ ਜਾਣੀ ਆਪਣੀ ਗੱਲ ਵਧੀਆ ਸੀ, ਬਾਕੀ ਟੀਮਾਂ ਦੋਹੇ ਇੱਕੋ ਹੀ। ਹਾਂ ਹਾਂ ਲਿਖਿਆ ਦੇਖ ਲਓ ਜੀ ਆਪਣਾ। ਜੱਗੀ ਵੀਰੇ ਪੁਆਇੰਟ ਕੀ ਨੇ? ਹਾਂ ਹਾਂ ਵੀਰੇ ਲਾਡੀ ਉਹ ਬੋਲ ਤਾਂ ਕਈ ਵਾਰ ਅਨਾਊਂਸ ਹੋ ਗਿਆ, ਦੁਬਾਰਾ ਵੀ ਬੁਲਾ ਦਿੰਦੇ ਵੀਰੇ। ਆ ਗੁਰਦੀਪ ਬਾਈ ਕੋਲ ਹੀ ਖੜਾ ਮੇਰੇ ਬਾਈ, ਲਾਡੀ ਦੇਖੀ ਜਾਂਦਾ ਜੀ ਲਾਡੀ। ਲਾਡੀ ਕਹਿੰਦਾ ਗੁਰਦੀਪ ਖੜਾ ਬਾਈ ਕਹਿੰਦਾ ਜਮਾ ਨਜ਼ਾਰੇ ਬੰਨਦੇ ਬਾਈ ਲਾਡੀ, ਵਧੀਆ ਹੋਈ ਜਾਂਦੇ ਮੈਚ ਬਾਈ। ਦਲਸਾਦ ਲਾਡੀ ਬਈਏਵਾਲ ਵੱਲੋਂ ਸਨਮਾਨ ਬੋਲਦੀ ਬਾਈ ਦਾ ਬੱਸੀਆਂ ਦੇ ਟੂਰਨਾਮੈਂਟ ਦੇ। ਉਧਰ ਲਾਡੀ ਬਈਏ ਸਾਡਾ ਵੀਰ ਨਾਲ ਵਿੱਚ ਇੰਨਾ ਆਨੰਦ ਮਾਣਦਾ ਹੈ। ਅੱਜ ਘਾਟ ਵੀ ਜਿਹੜੀ ਫੱਪੇ ਨਾਲ ਸੱਤਾ ਦੇ ਸਣੀ ਬਾਈ ਦੀ ਟੀਮ ਨੂੰ ਲਾਡੀ ਵੀ ਬੈਠਾ ਦੁਬਈ ਦੇ ਵਿੱਚ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ ਹੈ ਤੇ ਬੱਸੀਆਂ ਦੇ ਵੱਡੇ ਟੂਰਨਾਮੈਂਟ ਦੇ ਬਾਈ ਹਰਦੀਪ ਤੇ ਨਾਲ ਹੀ ਬਾਈ ਗੁਰਦੀਪ ਭਾਗਵਤ ਦੋਨਾਂ ਵੀਰਾਂ ਦੇ ਵੱਡੇ ਮਾਣ ਤੇ ਸਨਮਾਨ ਜਿਹੜੇ ਵੱਡੇ ਬਾਲ ਮਿੱਤਰਾਂ ਦੇ ਨਾਲ ਲਾਡੀ ਵੱਲੋਂ ਕੀਤੇ ਜਾਣਗੇ। ਲਾਡੀ ਬਈਏ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅੱਜ ਦੇ ਇਸ ਟੂਰਨਾਮੈਂਟ ਦੇ ਲਈ, ਵੱਡਾ ਯੋਗਦਾਨ ਉਹਨੇ ਵੀ ਅਜੇ ਟੀਮਾਂ ਨੂੰ ਸੱਦੇ ਦਿੱਤੇ ਆ। ਲੋ ਗੱਲ ਕਹਿੰਦੇ ਲਾਡੀ ਦੀ ਕਰੀਏ ਤੇ ਯਾਰੀ ਬਲਵੰਤ ਵੱਸੀ ਵਾਲੇ ਦੇ ਨਾਲ ਵੀ ਮੁੰਡੇ ਦੀ ਫੱਟੇ ਜੀ ਗੱਡੀ ਚੱਲੀ ਆ ਮੈਚ ਬਾਈ, ਕੋਈ ਦੱਸੀ ਆ ਮਾਈ ਸਕੋਰ ਨਾਲ ਦੀ ਨਾਲ ਚੱਲੀ ਆ ਮੈਚ ਬਾਈ, ਮੈਚਾਂ ਦਾ ਆਨੰਦ ਮਾਰ ਰਹੇ ਆ। ਕਹਿੰਦਾ ਫਾਈਨਲ ਫਾਈਨਲ ਵੀਰੇ ਟੀਮ ਅਜੇ ਫਸਟ ਰਹਿੰਦੀ ਆ ਤਾਂ ਖੱਬਾ ਜਿੱਥੇ ਵੀ ਆਖੋ ਆਪਾਂ ਖੱਬੇ ਦਾ ਕੱਪ ਦੇ ਨਾਲ ਵੱਡਾ ਮਾਣ ਸਨਮਾਨ ਕਰਾਂਗੇ। ਨਾਗਰੇ ਵਾਲਾ ਰਮਨ ਉਹ ਸਾਡੀ ਜ਼ਿੰਦਗੀ ਦਾ ਬੜਾ ਪਿਆਰਾ ਵੀਰ ਹੈ, ਨਾਗਰੇ ਦਾ ਰਮਨ ਤੇ ਟਿੱਬੇ ਦੇ ਬੋਲੀ ਕਰਕੇ ਝਨੇਰਾਂ ਦਾ ਕੁਲਦੀਪ ਵੀ ਯਾਰੋ ਕਰੇ ਖੁੱਲੇ ਕਰਕੇ, ਝਨੇਰਾਂ ਦਾ ਕੁਲਦੀਪ ਵੀ ਕਰੇ ਯਾਰੋ ਖੁੱਲੇ ਕਰਕੇ। ਲੋ ਕਦੇ ਗੱਲਾਂ ਝਨੇਰਾਂ ਦੇ ਕੁਲਦੀਪ ਦੀਆਂ ਹੁੰਦੀਆਂ, ਉੱਧਰ ਨਾਗਰੇ ਵਾਲਾ ਰਮਨ ਵੀ ਜਿਹੜਾ ਹੋਇਆ ਉੱਧਰ ਲੱਭੂ ਦਾਰੇ ਵਾਲੀ ਆ, ਕਹਿੰਦੇ ਵੀ ਨਿਲ ਆ ਮੈਂ ਜਿੱਤਾ ਤਾਂ ਨਿਲ ਦਾ ਆਪਾਂ ਵੱਡਾ ਮਾਨ ਸਨਮਾਨ ਕਰਾਂਗੇ। ਜਾਦੂ ਵੀਰ ਜਾਦੂ ਓ ਜੱਗੀ ਇੱਧਰ ਰੱਖੀ ਢਾਈ ਆ ਸਕੋਰਾਂ ਦੀ ਦੱਸੀ ਜਾਈ ਨਾਲ ਦੀ ਨਾਲ, ਕਿੰਨੇ ਆ? 3-0 ਕੱਚੀ ਦਾ ਮੇਲ ਹੈ, 3-0 ਆ ਬਾਈ ਸਕੋਰ, 3-0 ਤਿੰਨ ਖਲਾਲ ਦੇ 11,000 ਤੇ ਤੀਜਾ ਨਾਮ 5100 ਤੇ 3100 ਜਿਹੜਾ ਹੋਣਾ ਪਹਿਲਾਂ 31 ਮਾਰਚ ਨੂੰ ਬੁਲਾਡੇ ਵਾਲੇ ਪਿੰਡ ਦੀਆਂ ਹੋਣਗੀਆਂ। ਲੰਬੂ ਔਰਬਿਟ ਵਸ ਵਾਲਾ ਸਾਡਾ ਯਾਰ ਖੁੱਲੇ ਸੱਦੇ ਦਿੰਦਾ ਹੈ। ਲੋ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਬਹੁਤ ਤਕੜਾ ਹੈ ਖੇਡ ਦੋਨੋਂ ਟੀਮਾਂ ਦੇ ਦਰਮਿਆਨ। ਲਵੀ ਦੱਸੀ ਨੰਬਰ ਤਲਵੰਡੀ ਵਾਲਾ ਕਿੰਨੇ ਕਿੰਨੇ ਹੋ ਗਏ ਹੈ, ਦੱਸੀ ਪੈਂਟ ਕਿੰਨੇ ਕਿੰਨੇ, ਜੱਗੀ ਦੱਸੋ ਜਾਂ ਪੈਂਟ ਦੇ 3-3 ਖਾਤਾ ਨਹੀਂ ਖੁੱਲਿਆ ਹੋਵੇ, 3-0 ਦਾ ਮੁਕਾਬਲਾ ਹੈ। ਉੱਧਰ ਨੰਬਰ 3 ਹੋ ਗਏ 3 ਬੁੱਟੇ ਦੀ ਕਹਾਣੀ ਸ਼ੁਰੂ ਹੋਈ ਸੀ ਬੁੱਟੇ ਬਾਈ ਉਨੀ ਨੰਬਰ ਹੈ ਤੇ ਦੇਖਾਂਗੇ ਨੰਬਰ ਦਾ ਵਾਧਾ ਕੌਣ ਮੇਰੇ ਉੱਪਰ ਗੋਪੁਰ ਵਾਲਾ ਅਨਿਲ ਹਰਦੀਪ ਕਲੱਬ ਦੇ ਲਈ ਨੰਬਰ ਦਾ ਵਾਧਾ ਕਰ ਗਿਆ ਹੈ। ਉਧਰ ਲਾਡੀ ਵੀ ਬੈਠਾ ਮੈਚਾਂ ਦਾ ਆਨੰਦ ਮਾਣਦਾ ਮਲੇਸ਼ੀਆ ਤੇ ਨਾਲ ਸਾਡੇ ਵੀਰ ਕੈਨੇਡਾ ਵਾਲੀ ਮਿੱਤਰ ਮੰਡਲੀ ਕਹਿੰਦੇ ਆਪਾਂ ਲਾਡੀ ਦਾ ਮਾਣ ਤੇ ਸਨਮਾਨ ਮੋਟਰਸਾਈਕਲ ਦੇ ਨਾਲ ਕਰ ਦੇਣਾ ਜਦੋਂ ਵੀ ਇੰਡੀਆ ਆਵੇਗਾ ਲਾਡੀ ਤੇ ਵੱਡਾ ਮਾਣ ਤੇ ਸਨਮਾਨ ਲਾਡੀ ਦਾ ਬਾਈ ਜਿੰਦਰ ਮਲੇਸ਼ੀਆ ਤੇ ਸਾਡੇ ਕੈਨੇਡਾ ਵਾਲੇ ਵੀਰਾਂ ਵੱਲੋਂ ਲਾਡੀ ਦਾ ਮੋਟਰਸਾਈਕਲ ਦੇ ਨਾਲ ਵੱਡਾ ਮਾਣ ਤੇ ਸਨਮਾਨ। ਲਓ ਗੱਲ ਕਹਿੰਦੇ ਮਾਨਾ ਸਨਮਾਨਾਂ ਦੀ ਹੈ, ਗੱਲ ਮਾਨਾ ਸਨਮਾਨਾਂ ਦੀ ਹੈ। ਮੁਕਾਬਲਾ ਵੀ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ ਦੋਨੋਂ ਟੀਮਾਂ ਦੇ ਦਰਮਿਆਨ ਵੱਡੇ ਖਿਡਾਰੀ ਤੇ ਉੱਧਰ ਦੁਨੀਆਂ ਦਾ ਵੱਡਾ ਪ੍ਰਮੋਟਰ ਜਿਨੇਨ ਸਕੂਟਰ ਵਾਸਿੰਗ ਮਸ਼ੀਨਾਂ ਮੋਟਰਸਾਈਕਲ ਦੁਨੀਆਂ ਦੇ ਵੱਡੇ ਖਿਡਾਰੀਆਂ ਦੇ ਜਿਹੜੇ ਵੱਡੇ ਮਾਣ ਬਖਸ਼ੇ ਹੈ ਭਾਗਪ੍ਰਿਆ ਹਰਦੀਪ ਵੀ ਸਿੱਧੀਆਂ ਤਾਰਾਂ ਜੋੜੀ ਬੈਠਾ ਹੈ। ਲੋ ਚਿੱਠੀ ਖੰਨੇ ਤੋਂ ਦਵਿੰਦਰਾ ਬਰੰਗ ਆਊਗੀ, ਹੋਰ ਰੱਖ ਸਾਂਭ ਕੇ ਜਵਾਨੀ ਤੋਰੋ ਕੰਮ ਆਊਗੀ, ਰੱਖ ਸਾਂਭ ਕੇ ਜਵਾਨੀ ਤੋਰੋ ਕੰਮ ਆਊਗੀ। ਲੋ ਨੰਬਰ ਦਾ ਵਾਧਾ ਇੱਕ ਹੋਰ ਹੋ ਗਿਆ, ਜੱਗੀ ਦਾ ਕੀ ਹੋਈ ਹੈ ਸਰਵਿਸ, 3-0 ਦਾ ਮੁਕਾਬਲਾ ਹੈ। ਸੱਤਾ ਮੇਰੇ ਮਿੱਤਰੋਂ ਹਰਖਿਆ ਫਿਰਦਾ ਹੈ, ਸੱਤਾ ਮੇਰੇ ਮਿੱਤਰ ਅੱਗੇ ਹਰਖਿਆ ਫਿਰਦਾ, ਕਹਿੰਦਾ ਕੱਪ ਤੇ ਅੱਜ ਖਲਾਲ ਵਾਲਿਆਂ ਨੇ ਜਿੱਤਣਾ ਹੈ,
ਖੱਬਾ ਵੀ ਮੇਰੇ ਮਿੱਤਰੋ ਹੱਥਾਂ ਦੇ ਚਾਕੀ ਵੱਢੀ ਜਾਂਦਾ ਕਹਿੰਦਾ ਕਿਹੜੀ ਦੀ ਪਾਲ ਆ ਗਈ ਤੇ ਧਰਤੀ ਦੀ ਹਿੱਕ ਨੂੰ ਮਾਰ ਰਹੀ ਹੈ। ਤਗੜਾ ਮੈਚ ਖੇਡ ਰਹੇ ਮੈਦਾਨ ਵਿੱਚ ਜਿਹੜਾ ਖੇਡਿਆ ਜਾ ਰਿਹਾ ਹੈ ਤੇ ਚੌਦੇ ਰਨ ਵਿੱਚ ਖੂਜਦੇ ਪਾਉਂਦੇ ਤਲਵਾਰਾਂ ਉਸ ਡਾਢੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ। ਖੁਸ਼ੀ ਮਨਾਈਏ ਚਿੱਤ ਦੀ ਨਾ ਹਾਰੋ ਡਰੀਏ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ। ਲਓ ਅਜੇ ਜੀ ਕਹਿੰਦੇ ਸਾਹ ਪੁਰੀਏ ਕਾਤੇ ਦਾ ਵੀ ਯਾਨ ਨੂੰ ਨਹੀਂ ਕਰਦਾ। ਮੈਚ ਬੜੇ ਤਕੜੇ ਖੇਡੇ ਪਰ ਖੇਡੇ ਤਿੰਨੇ ਮੈਚ ਐਨ ਅੱਗੇ ਲਓ ਮੁਕਾਬਲਾ ਬਹੁਤ ਤਕੜਾ ਇੱਥੇ ਰਹਿਣਾ ਰੱਬ ਦਾ ਨੌ ਬੰਦਿਆ ਇੱਥੇ ਰਹਿਣਾ ਰੱਬ ਦਾ ਨੌ ਬੰਦਿਆ। ਲਓ ਮੁਕਾਬਲਾ ਬਹੁਤ ਤਕੜਾ ਹਰਦੀਪ ਤੇ ਗੁਰਦੀਪ ਦੀ ਜੋੜੀ ਦੀਆਂ ਦੁਨੀਆਂ ਗੱਲਾਂ ਕਰਦੀ ਹੈ। ਲਓ ਅੱਜ ਉਹਨਾਂ ਭਰਾਵਾਂ ਦਾ ਵੱਡਾ ਕੱਪ ਹੈ ਤੇ ਬੜੇ ਲੰਮੇ ਸਮੇਂ ਤੋਂ ਡੀਕ ਸੀ ਇੱਕ ਇੰਤਜ਼ਾਰ ਇੱਕ ਬੇਰ ਸੀ ਵੀ ਕਦੋਂ ਆਊ ਭਾਗਪੁਰ ਦਾ ਕੱਪ ਤੇ ਲੋਕੀ ਗੱਲਾਂ ਕਰਦੇ ਕੱਪ ਦੀਆਂ। ਅੱਜ ਉਹ ਭਾਗਾਂ ਭਰੀ ਘੜੀ ਵੀ ਆ ਗਈ ਹੈ। ਕੱਚੀ ਦਾ ਫਾਈਨਲ ਮੈਚ ਬਹੁਤ ਤਕੜਾ ਖੇਡਿਆ ਜਾ ਰਿਹਾ। ਅੱਜ ਦਾ ਦਿਨ ਹੀਰੇ ਮੋਤੀਆਂ ਦੀ ਲੜੀ ਚ ਪਰੋਇਆ ਜਾ ਰਿਹਾ ਹੈ ਤੇ ਕੱਲ ਨੂੰ ਮੀਡੀਆ ਦੀਆਂ ਗੱਲਾਂ ਹੋਣ ਦੀਆਂ। ਅੱਜ ਹਰਦੀਪ ਨੂੰ ਵੀ ਮੁਬਾਰਕਬਾਦ ਹੈ। ਲੋਕ ਕੈਨੇਡਾ ਦੇ ਵਿੱਚ ਬੈਠਾ ਤੇ ਪੰਜ ਸੱਤ ਗੋਰੇ ਵੀ ਨਾਲ ਮੈਚਾਂ ਦਾ ਆਨੰਦ ਮਾਣਦੇ ਹੈ। ਸਾਰੀ ਮਿੱਤਰ ਮੰਡਲੀ ਬੈਠੀ ਹੈ। ਲੋਕ ਕੈਨੇਡਾ ਦੇ ਕਹਿੰਦੇ ਹੈ ਘੁੜ ਸਾਹਿਬ ਦੇ ਵਿੱਚ ਰਹਿੰਦਾ ਹੈ। ਟਰਾਂਟੋ ਚ ਲੋ ਖੇਡ ਮੈਦਾਨ ਦੇ ਵਿੱਚ ਜਿੱਥੇ ਯਾਦੀ ਕਲਾਰ ਰਹਿੰਦਾ ਹੈ ਖੇਡ ਮੈਦਾਨ ਦੇ ਵਿੱਚ ਉੱਧਰ ਵੀ ਇੱਕ ਵੱਡੀ ਟੀਮ ਬਣੀ ਹੋਈ ਹੈ। ਇੱਧਰ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਬਹੁਤ ਤਕੜਾ ਹੈ। ਠੁੱਲੀ ਵਾਲੀ ਹੈ ਜੋੜ ਨੰਬਰ ਕਦੇ 3-0 ਸਕੋਰ 3 ਫਾਈਨਲ ਦੇ ਮੇਲੇ ਤੋਂ ਇਹ ਵੀ ਗੱਲਾਂ ਮਾਨਾ ਸਨਮਾਨਾਂ ਦੀਆਂ ਹੁੰਦੀਆਂ। ਇਸ ਪਿੰਡ ਦੇ ਮਿੱਠੂ ਦਾ ਨਾਂ ਯੱਸੀ ਦੀ ਗੱਲ ਤੇ ਉਸੇ ਪਿੰਡ ਦੇ ਸਨੀ ਦੀ ਵੀ ਬੜੀ ਚਰਚਾ ਨਾਂ ਗਾਂਧੀ ਦਾ। ਮੁਕਾਬਲਾ ਬਹੁਤ ਤਕੜਾ ਹੈ। ਇੱਧਰ ਚੰਨੇ ਵਰਗੇ ਕਹਿੰਦੇ ਤਕੜੇ ਖਿਡਾਰੀ ਸਹਿਬਾਜਪੁਰੇ ਨੇ ਪੈਦਾ ਕੀਤੇ ਹੈ। ਗੱਲਾਂ ਕੁਲਜੀਤੇ ਵਰਗਿਆਂ ਦੀਆਂ ਹੋਈਆਂ, ਗੱਲਾਂ ਜਲਾਲ ਦੀ ਵਾਲ ਦੇ ਜੱਗੇ ਦੀ ਹੋਈ, ਉਹ ਵੀ ਇਸ ਟੀਮ ਦੇ ਲਈ ਖੇਡਿਆ। ਸੋਹਣ ਬਾਬੇ ਵਰਗੇ ਖਿਡਾਰੀ ਮੈਦਾਨ ਦੇ ਵਿੱਚ ਸੱਤੇ ਨੇ, ਅਗਲੀ ਸਰਵੇ ਕਰ ਦਿੱਤੀ ਹੈ। ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਹੈ। ਬਾਲ ਜਿਹੜੀ ਹੁਣ ਖੱਬੇ ਨੇ ਲੱਗੀ ਹੈ, ਪਹਿਲਾਂ ਰਿੰਕੂ ਨੇ, ਪਹਿਲਾਂ ਆਪਾਂ ਦੇਖਾਂਗੇ ਸਨੀ ਨੇ, ਦੇਖੋ ਰਿੰਕੂ ਤੇ ਤਾਲ ਮਾਰੀ ਹੈ ਤੇ ਹੁਣ ਮੇਰੇ ਮਿੱਤਰ ਇੱਧਰ ਅਨਿਲ ਨੇ ਨੰਬਰ ਦਾ ਵਾਧਾ ਕੀਤਾ ਆਪਣੀ ਟੀਮ ਦੇ ਲਈ। ਹੈਗਾ ਵੀਰੇ ਸਾਈਡ ਤੇ ਸਾਈਡ ਲਾ ਰਿਹਾ ਜੰਪੀ ਵੀਰੇ ਸਨੀ ਨੇ। ਵੈਲਕਮ ਵੈਲਕਮ ਵੀਰੇ ਪਰਮੇਂਦਰ, ਦੇਖੋ ਤਾਲ ਮਾਰਦਾ ਹੈ ਜਾਂ ਫਿਰ ਪਰਮੇਂਦਰ ਬਾਈ ਵੈਲਕਮ ਹੋਣਗੀਆਂ। ਮੁੰਡਾ ਅਨਿਲ ਹੈ ਜੋਧਪੁਰ ਦੇ ਧਰਤੀ ਦਾ, ਜਸਿਆ ਦੁਨੀਆ ਤੋਪ ਕਹਿੰਦੀ ਹੈ ਜਾਂ ਫਿਰ ਕਹਿੰਦੇ ਚੋਟੀ ਨੂੰ। ਅੱਜ ਤੁਹਾਡੇ ਘਰ ਦਾ ਮੇਰਾ 1100 ਬਈਵਾਲ ਦੀ ਸਾਰੀ ਟੀਮ ਨੂੰ ਲਾਡੀ ਵੱਲੋਂ ਹਰਪ੍ਰੀਤ ਹਰਪ੍ਰੀਤ ਨਾ ਨਾ ਪਿਆਰ ਓਕੇ ਵੀਰੇ ਵੈਲਕਮ ਲਾਡੀ ਵੱਲੋਂ। ਜੇ ਬਈਏਵਾਲ ਜਿੱਤਦੀ ਆ 1100 ਬੈਸਟ ਨੂੰ ਵੀਰੇ ਹੈ ਨਹੀਂ ਮੇਰਾ ਖਿਆਲ ਯਾਰ, ਜੇ ਹੋਇਆ ਤਾਂ ਜ਼ਰੂਰ ਦੱਸਾਂਗੇ ਵੀਰੇ। ਬਾਲ ਹੋਏ ਖੱਬਿਆ, ਜੇ ਬਈਏਵਾਲ ਜਿੱਤਦੀ ਆ ਲਾਡੀ ਵੱਲੋਂ 1100 ਜੇ ਬਈਏਵਾਲ ਜਿੱਤਦੀ ਆ। ਹਾਂਜੀ ਵੀਰੇ ਲਾਡੀ ਪਈ ਆ, ਕਹਿੰਦਾ ਜੇਕਰ ਬਈਏਵਾਲ ਦੀ ਟੀਮ ਚੱਲਦੇ ਹੋਏ ਮੈਚ ਦੇ ਵਿੱਚ ਖੁੱਟੂ ਰਹਿੰਦੀ ਹੈ ਤੇ ਆਪਾਂ 1100 ਰੁਪਏ ਦੇ ਨਾਲ ਵੱਡਾ ਮਾਣ ਤੇ ਸਨਮਾਨ ਹਰਦੀਪ ਕਲੱਬ ਬਈਏਵਾਲ ਦੀ ਸਮੁੱਚੀ ਟੀਮ ਦਾ ਕਰ ਦੇਣਾ। ਬਈਏਵਾਲ ਚ ਬਾਹਰੋਂ ਸੀ ਵੀਰੇ ਜਾਦੂ ਸਹਾਰਨ ਮਾਜਰਾ ਤੇ ਅਵਨੀਤ ਅਣਦਾਣਾ। ਸਿੱਧੂ ਸਾਡਾ ਬਾਈ ਕੈਨੇਡਾ ਤੋਂ ਵੈਲਕਮ ਵੀਰੇ, ਵੈਲਕਮ ਸਾਰੇ NRI ਭਰਾਵਾਂ ਦਾ ਵੈਲਕਮ। ਉਧਰ ਲਾਡੀ ਵੱਲੋਂ ਵੱਡੇ ਮਾਣ ਤੇ ਸਨਮਾਨ ਹਰਦੀਪ ਕਲੱਬ ਬਈਏਵਾਲ ਦੀ ਟੀਮ ਦੇ 1100 ਰੁਪਏ ਦੇ ਨਾਲ ਜਿੱਤੇ ਜਾਣਗੇ ਜੇਕਰ ਚੱਲਦੇ ਹੋਏ ਮੈਚ ਦੇ ਉੱਤੇ ਹਰਦੀਪ ਕਲੱਬ ਬਈਏਵਾਲ ਦੀ ਟੀਮ ਜਿਹੜੀ ਜੇਤੂ ਰਹਿੰਦੀ ਹੈ। ਇਹ ਵੀ ਸਹਾਰਨ ਮਾਰੇ ਵਾਲਿਆ ਜੱਗੀ ਦੱਸੀ ਇੱਕ ਵਾਰੀ ਨੰਬਰ ਕਿੰਨੇ ਕਿੰਨੇ ਹੋ ਗਏ ਹੈ? 4 ਤੇ ਇੱਧਰ ਖਾਤਾ ਨਹੀਂ ਖੁੱਲਿਆ, ਲੈ ਪੰਜਵਾਂ ਜੁੜ ਗਿਆ ਜਾਂ ਚੇਂਜ ਸਰਵੇ ਚੇਂਜ ਹੈ। ਬਹੁਤ ਤਕੜਾ ਮੈਚ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦੇ ਤਰਫ, ਆਪਾਂ ਦੇਖਦੇ ਹਾਂ ਦੁਨੀਆ ਦੇ ਵੱਡੇ ਬਿਹਤਰੀਨ ਹੈ। ਬੜਾ ਰੋਮਾਂਚਕ ਜਿਹਾ ਮੈਚ ਅੱਜ ਭਾਗਪੁਰ ਦੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਆਹ ਮੈਚ ਨੂੰ 3 ਖਿਡਾਰੀ ਜਿਹੜੇ ਵਿਸ਼ਟ ਕੱਢੇ ਜਾਣਗੇ, ਕਿਹੜੇ ਕਿਹੜੇ ਖਿਡਾਰੀ ਅੱਜ ਦੇ ਵਿਸ਼ਟ ਹੋਣਗੇ, ਕਿਹਨਾਂ ਦੀਆਂ ਫੋਟੋਆਂ ਨੈੱਟ ਤੇ ਪੈਣਗੀਆਂ, ਗੱਲ ਸਮੇਂ ਦੀ ਹੈ।
एक एक 100 बेस्टा लई दित्ता जाना, एक नेटमैन, एक शूटर ते एक डिफेंसर। साडे वीर देख रहे है भी केड़ा खिलाड़ी किन्नियां गलतियां करता, गल क्यों जी हुंदी है। ਚਮਕੌਰ ਬੌਧੀਆਂ ਦੇ ਟੂਰਨਾਮੈਂਟ ਦੇ ਵਰਿੰਦਰ ਵੀਰੇ, ਬੌਧੀਆਂ ਦੇ ਟੂਰਨਾਮੈਂਟ ਦੇ ਉੱਥੇ ਕੱਲ ਨੂੰ ਖੋਈਆਂ ਸਰਵਰ ਦੀ ਧਰਤੀ ਤੇ ਜਿਹੜੀਆਂ ਰੌਣਕਾਂ ਲੱਗਣਗੀਆਂ, ਉੱਥੇ ਵੀ ਦੋ ਖਿਡਾਰੀ ਬਾਹਰ ਦੇ ਖੇਡਣਗੇ। ਕੱਲ ਨੂੰ ਬੌਧੀਆਂ ਦੀ ਧਰਤੀ ਤੇ ਜਿੱਥੇ ਟੂਰਨਾਮੈਂਟ ਖੇਡਿਆ ਜਾਣਾ ਹੈ, ਗੇਮ ਕੋਈ ਵੀ ਫੁੱਦੂ ਨੀ ਹੁੰਦੀ ਬਾਈ ਗੁਰਦੀਪ, ਨਹੀਂ ਦੇਖਣੀ, ਆਰਾਮ ਸਿਰ ਜਾਈ ਲੈ ਕੇ ਸੌ ਜਾ ਭਰਾਵਾ। ਗੇਮ ਨੂੰ ਨੀ ਫੁੱਦੂ ਕਹੀਦਾ ਹੁੰਦਾ ਕਦੇ ਵੀ, ਇਹ ਕੀ ਗੱਲ ਆ ਬਾਈ ਯਾਰ। ਗੇਮ ਕੋਈ ਵੀ ਫੁੱਦੂ ਨਹੀਂ ਹੁੰਦੀ ਭਰਾਵਾ, ਸੋਚ ਹੀ ਨਹੀਂ ਵਧੀਆ ਹੁੰਦੀ ਵਿੱਚ ਬੰਦਿਆਂ ਦੀ ਬਾਈ। 2100 ਮੇਰੇ ਵੱਲੋਂ ਬਈਏਵਾਲ ਜਿੱਤਦੀ ਹੈ। ਓਕੇ ਓਕੇ ਬਾਈ ਹਰਵਿੰਦਰ ਸਿੰਘ, ਨਹੀਂ ਟੀਮ ਪਿੰਡ ਦਾ ਸਹੀ ਗੱਲ ਆ ਬਾਈ, ਕਹਿ ਤਾ ਆਪਾਂ ਦੀਪ ਜੈਲਦਾਰ ਨਹੀਂ ਦੇਖਣਾ ਨਾ, ਦੇਖੋ ਮੈਂ ਤਾਂ ਕਹਿਣਾ ਕਾਹਨੂੰ ਬਲੌਕ ਕਰਨਾ ਹੈ ਨਾ। ਅੱਗੇ ਕੋਈ ਇਹੋ ਜਿਹਾ ਬੰਦਾ ਵੀ ਹੁੰਦਾ ਜਿਹੜਾ ਗੇਮ ਨੂੰ ਫੁੱਦੂ ਕਵੇ। ਇੱਕ ਬੰਦਾ ਦੇ ਲਓ, 376 ਬੰਦੇ ਦੇ ਦਿਓ ਤੁਸੀਂ, ਇੱਕ ਬੰਦੇ ਦੀ ਸੋਚ ਦੇਖੋ ਬਾਈ। ਕਹਿੰਦਾ ਕੱਚੀ ਗੇਮ ਫੁੱਦੂ ਹੈ, ਮੈਂ ਤੂੰ ਨਾ ਦੇਖ ਰਜਾਈ ਲੈ ਕੇ ਪੈ ਜਾ ਕਿ ਨਹੀਂ ਬਾਈ। ਕੋਈ ਗੁਰਦੀਪ ਆ ਵਿੱਚ ਬਾਈ, ਲਾਡੀ ਯਾਰ ਲਾਈਵ ਦੇਖੀ ਜਾਂਦਾ ਵਿੱਚ, ਤੁਹਾਨੂੰ ਵੀ ਹੋਇਆ ਹੋਊ ਕਮੈਂਟ। ਸੋ ਜੱਗੀ ਵੀਰੇ ਪੁਆਇੰਟ ਕੀ ਨੇ? 5-0 ਨੇ ਫਿਲਹਾਲ ਦੇ 5। ਉਧਰ ਕੱਲੂ ਬੌਧੀਆਂ ਦਾ ਟੂਰਨਾਮੈਂਟ ਜਿਹੜਾ ਵਾਲੀਬਾਲ ਕੱਚੀ ਲਾਈਵ ਤੋਂ ਜਿਹੜਾ ਵੀ ਲਾਈਵ ਕੀਤਾ ਜਾਣਾ ਹੈ, ਆਪਾਂ ਧੰਨਵਾਦ ਕਰਾਂਗੇ ਮੈਸੀ ਪ੍ਰਣਾਲੀ ਵਾਲੇ ਦਾ, ਉਹਨੇ ਕੱਲ ਨੂੰ ਜਿਹੜਾ ਉਹ ਟੂਰਨਾਮੈਂਟ ਲਾਈਵ ਕਰਨਾ, ਉਹਦੇ ਸਾਡਾ ਵੀਰ ਇਹਨਾਂ ਬੱਚਿਆਂ ਦਾ ਆਨੰਦ ਮਾਣਦਾ ਹੈ। ਲਓ ਆ ਮੇਰੇ ਮਿੱਤਰੋ, ਉੱਥੇ ਲਵੇ ਕੱਦ ਵਾਲਾ ਕਦਰੂ ਸਨੀ ਖੁੱਲੀ ਕੀਦੇ ਪਾਲ, ਉਧਰਲੇ ਪਾਸੇ ਆਪਾਂ ਵੇਖਾਂਗੇ ਦੱਸੋ ਤੇ ਓਂਕਾਰ ਦੇ ਵਿਚਾਲੇ ਤੱਤਾ ਪਵਾਇਆ ਐਂਡ ਕਹਿੰਦੇ ਮੁੰਡੇ ਫਿੱਟ ਹੋਏ ਫਿਰਦੇ ਆ ਖੇਡ ਦੇ ਮੈਦਾਨ ਵਿੱਚ, ਪੂਰੇ ਫਿੱਟ ਹੋਏ ਫਿਰਦੇ। ਜੇ ਖਨਾਰ ਦੀ ਸੀ ਟੀਮ ਮੇਰੇ ਮਿੱਤਰੋ ਦੁਨੀਆਂ ਨੂੰ ਦੱਸਿਆ ਵੀ ਖਨਾਰ ਪਿੰਡ ਪੈਂਦਾ ਕਿੱਥੇ ਗਿਆ, ਜਗੀਰੇ ਵਰਗੇ ਖੇਡਦੇ ਆ ਉਹ। ਪਰ ਵੇਖੋ ਇੱਧਰ ਹਰਿਆਣੇ ਵਾਲਾ ਹੈ, ਹਰਿਆਣੇ ਵਾਲਾ ਪੇ ਕਹਿੰਦੇ ਫਿਰ ਅੱਜ ਹਰਕਿਆ ਫਿਰਦਾ, ਕਹਿੰਦਾ ਮੈਂ ਇੱਕ ਪਾਸਾ ਕਰਦਾ ਹੈ, ਖੜ ਜਾਓ ਇੱਕ ਪਾਸੇ ਹੋ ਕੇ। ਹੁਣ ਮੈਂ ਦਿੰਦਾ ਖਨਾਰ ਦੀ ਸੀ ਟੀਮ ਨੂੰ, ਬਹੁਤ ਤਗੜਾ ਮੈਚ ਹੈ, ਫਾਈਨਲ ਮੈਚ ਤੇ 10 ਖਿਡਾਰੀਆਂ ਦੇ ਲਈ 2100 ਰੁਪਇਆ। ਦੇਖਾਂਗੇ ਕਿਹੜੇ ਭਾਗਾਂ ਵਾਲੇ ਹੋਣਗੇ ਖਿਡਾਰੀ, ਤਗੜਾ ਮੈਚ ਕੇ ਹੋਇਆ ਟੂਰਨਾਮੈਂਟ ਭਾਗਪੁਰ ਤੇ ਰੌਣਕਾਂ ਉਹ ਦਰਸ਼ਕਾਂ ਨੇ ਲਾਉਣੀਆਂ ਨੇ, ਇਹ ਵੀ ਵੱਡੀ ਗੱਲ ਕਿ ਟੀਮਾਂ ਸਾਰੀਆਂ ਚੰਗੀਆਂ ਹੀ ਆਉਣੀਆਂ ਨੇ, ਪਰ ਉੱਥੇ ਗੱਲਾਂ ਸਮੇਂ ਦੀਆਂ ਹੋਣਗੀਆਂ, ਥੋੜੇ ਸਮੇਂ ਦੇ ਪਤਾ ਲੱਗਣਾ। ਨਮੋਣ ਵਾਲਿਆ ਟਰਾਫੀਆਂ ਦੇ ਨਾਲ ਫੋਟੋਆਂ ਕਿੰਨਾ ਨੇ ਖਿਚਵਾਉਣੀਆਂ ਨੇ, ਉੱਥੇ ਥੋੜੇ ਸਮੇਂ ਨੇ ਪਤਾ ਲੱਗਣਾ ਹੈ ਜੱਗੀ ਪੁਆਇੰਟ ਅਸਲੀ ਕਿੰਨੇ ਕਿੰਨੇ ਹੈ। ਹਰਦੀਪ ਕਲੱਬ ਪਹਿਲੀ ਟੀਮ ਦੇ ਹਾਲੇ ਉਨੇ ਹੈ ਜਿੰਨੇ ਸ਼ੁਰੂ ਹੋਏ ਸੀ, ਤੇ ਉੱਧਰ ਨੰਬਰ ਉਨੇ ਹੈ ਜਿੰਨੇ ਪਲੇਅਰ ਖੇਡਦੇ ਆ, ਜਿੰਨੇ ਪਲੇਅਰ ਖੇਡਦੇ ਤੇ ਉਨੇ ਨੰਬਰ ਹੈ। ਸ਼ੇਅਰ ਪਾਣਾ ਮੇਰੇ ਮਿੱਤਰ ਖਨਾਰ ਦੀ ਸੀ ਟੀਮ ਨੂੰ, ਲੈ ਵੀ ਸਤਿਆ ਮਾਰ ਕੋਈ ਉਹ ਚਾਰੀ ਵਿੱਚ ਵੇਖੀ ਦੋ, ਮੰਜ਼ਲਾਂ ਦੇ ਸਾਹਮਣੇ ਤੂਫਾਨ ਨਹੀਂ ਉਹ ਵੇਖੀ ਦੋ, ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਂ ਉਹ ਚੋਰੀ ਦਾ, ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੋੜੀ ਦਾ, ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੋੜੀ ਦਾ। ਭਾਈ ਗੁਰਦੀਪ ਤੇ ਹਰਦੀਪ ਭਾਗਪੁਰ ਵਾਲੇ ਦਾ ਆਪਾਂ ਵੱਡਾ ਧੰਨਵਾਦ ਕਰਾਂਗੇ, ਜਿਨ੍ਹਾਂ ਨੇ ਟੀਮਾਂ ਨੂੰ ਜਿੱਥੇ ਸੱਦੇ ਦਿੱਤੇ ਸਨਮਾਨ ਦੇਣੇ। ਹਰਜਿੰਦਰ ਦੇਖਦਾ ਬਾਈ, ਹਰਜਿੰਦਰ ਦੇਖਦਾ ਤੁਹਾਡੇ ਪਿੰਡਾਂ ਦਾ, ਸਾਡੇ ਭਰਾਵਾਂ ਦਾ, ਦੋਨੇ ਵੀਰ ਜਿਹੜੇ ਵਾਲੀਬਾਲ ਦੇ ਵੱਡੇ ਆਸ਼ਕ ਹੈ,
ਇਹ ਜਿਹੜੇ ਚੁਣਵੇਂ ਚੁਣਵੇਂ ਜੇ ਪਿੰਡ ਆ ਜਿੱਥੇ ਕੱਚੀ ਦਾ ਵੀ ਟੂਰਨਾਮੈਂਟ ਹੁੰਦਾ ਤੇ ਨਾਲ ਵੀਡੀਓ ਦੇ ਮੇਲੇ ਕਰਵਾਏ ਜਾਂਦੇ ਆ, ਇਤਿਹਾਸ ਬਣ ਗਿਆ ਹੈ। ਅੱਜ ਭਾਗਪੁਰ ਦੀ ਧਰਤੀ ਦੇ ਜਿੱਥੇ ਮੇਲਾ ਕੱਚੀ ਦਾ ਲੱਗਿਆ ਤੇ ਕੱਲ ਨੂੰ ਵੀਡੀਓ ਟੋਪਰ ਪਲੇਅਰ ਡੀਸੀ ਵਰਗੇ ਨਾਲ ਬੱਚਿਆਂ ਦਾ ਆਨੰਦ ਮਾਣਦੇ ਆ। ਸੱਤੇ ਵਰਗੇ ਧੰਨਵਾਦ ਆ ਸਾਡੇ ਵੀਰਾਂ ਦਾ। ਪੁਰਜ ਭਲਾਈ ਵਾਲਾ ਸਿਮਰਾਂ ਦੀ ਵਿਸ਼ੇ ਤੌਰ ਤੇ ਆਇਆ ਲੋਕ ਖੱਬਾ ਮੇਰੇ ਮਿੱਤਰ ਖਿਡਾਰੀ ਜਿਹੜਾ ਬਾਹਰ ਦਾ ਖੇਡੇਗਾ ਭਾਂਦੜੇ ਵਾਲੇ ਸਾਡੇ ਹੀਰ ਖੁੱਲੇ ਸੱਦੇ ਦੇ ਰਿਹਾ ਹੈ। ਉੱਥੇ ਵੀ ਜਿਹੜੀਆਂ ਰੌਣਕਾਂ ਲੱਗਣਗੀਆਂ 27 ਫਰਵਰੀ ਮੇਰੇ ਮਿੱਤਰ ਟੂਰਨਾਮੈਂਟ ਦੀ ਅੱਜ ਰੌਣਕਾਂ ਰਾਖੀ ਦੱਸਿਆ ਪਿੱਲੇ ਨੂੰ ਭਾਓਗੇ ਫਿਰ ਹੱਥ ਪੈਰ ਤੇ ਮਾਰੂਗਾ, ਦੁੱਧ ਦੀ ਰਾਖੀ ਪਿੱਲੇ ਨੂੰ ਭਾਓਗੇ ਫਿਰ ਹੱਥ ਪੈਰ ਤੇ ਮਾਰੂਗਾ। ਪੈਂਟ ਜਦੋਂ ਕੋਰ ਕਰ ਗਿਆ ਸੱਤ ਜੱਗੀ ਵੀਰੇ ਪੁਆਇੰਟ ਸੱਤ ਗੁਰਦੀਪ ਗੱਲ ਵੀਰੇ ਸੱਤ ਜੀਰੋ ਪੁਆਇੰਟ ਨੇ ਸੱਤ ਆ ਗਿਆ ਕਨਾਲ ਦੇ ਬਈ ਵਾਲ ਦੀ ਅਜੇ ਵੀਰੇ ਜੀਰੋ ਆ। ਉਧਰ ਭਾਈ ਹਰਦੀਪ ਸਾਡਾ ਵੀਰ ਭਾਗਪੁਰ ਵਾਲਾ ਕੈਨੇਡਾ ਦੇ ਵਿੱਚ ਵੇਖਿਆ ਵੱਡਾ ਜਿਹੜਾ ਉਪਰਾਲਾ ਜਿਹੜੇ ਟੂਰਨਾਮੈਂਟ ਦੇ ਲਈ ਵੱਡੀ ਦੇਣ ਆ ਅੱਜ ਇਸ ਮੇਲੇ ਦੇ ਵਿੱਚ ਸਾਡੇ ਵੀਰ ਵੱਡੀ ਐਲਾਨ ਹੈ ਚਾਂਗਲੀ ਵਾਲਾ। ਜੇਕਰ ਪਈਏ ਵਾਲ ਹਰਦੀਪ ਕਲੱਬ ਦੀ ਟੀਮ ਚੱਲਦੇ ਹੋਏ ਮੈਚ ਦੇ ਵਿੱਚ ਜੇਤੂ ਰਹਿੰਦੀ ਹੈ ਪਹਿਲੇ ਨੰਬਰ ਤੇ ਰਹਿੰਦੀ ਹੈ ਤੇ ਜਿਹੜੇ ਪਲੇਅਰ ਖੇਡ ਰਹੇ ਆ ਅੱਜ ਹਰਦੀਪ ਕਲੱਬ ਪਈਏ ਵਾਲ ਦੀ ਟੀਮ ਦੇ ਲਈ ਆਉਂਦੇ ਸਾਲ ਹਰਦੀਪ ਕਲੱਬ ਬਈਏਵਾਲ ਦੀ ਜਿੱਤਦੀ ਹੈ। ਉਹ ਬਾਈ ਜਿੰਨੇ ਗਿਆ ਨੇ ਬੈਠੇ ਹੋ ਜੇਕਰ ਸਵਾਦ ਆ ਤੇ ਇੱਕ ਵਾਰੀ ਤਾੜੀ ਜ਼ਰੂਰ ਮਾਰੋ ਸਾਡੇ ਵੀਰ ਹਰਦੀਪ ਦੇ ਗੁਰਦੀਪ ਦੇ ਲਈ ਜਿਨ੍ਹਾਂ ਨੇ ਖਿਡਾਰੀਆਂ ਦੇ ਵੱਡੇ ਮਾਣ ਤੇ ਸਨਮਾਨ ਕਰਦੇ ਆ। ਜੇਕਰ ਵਾਲੀਵਾਲ ਦੇ ਵਿੱਚੋਂ ਆਹ ਫਾਈਨਲ ਮੈਚ ਦੇ ਵਿੱਚੋਂ ਬਈਏਵਾਲ ਹਰਦੀਪ ਕਲੱਬ ਦੀ ਟੀਮ ਜੇਤੂ ਰਹਿੰਦੀ ਹੈ ਜਾਂ ਤੇ ਵਾਸ਼ਿੰਗ ਮਸ਼ੀਨਾਂ ਦੇ ਨਾਲ ਵੱਡੇ ਮਾਣ ਹੋਣਗੇ ਕੱਲੇ ਕੱਲੇ ਪਲੇਅਰ ਨੂੰ ਤੇ ਜਾਂ ਫਿਰ ਐਲਈਡੀਆਂ ਦਿੱਤੀਆਂ ਜਾਣਗੀਆਂ ਤੇ ਸਨਮਾਨ ਮੈਨੂੰ ਟੈਲੀਵਿਜ਼ਨ ਲੈ ਜਾਓ। ਉਹ ਤਸਵੀਰਾਂ ਬੋਲਦੀਆਂ ਐਲਈਡੀਆਂ ਦੇ ਨਾਲ ਵੱਡੇ ਮਾਣ ਤੇ ਸਨਮਾਨ ਹੋਣਗੇ। ਲਓ ਮੈਚ ਵੀ ਤਗੜਾ ਹੈ ਟੀਮ ਵੀ ਤਗੜੀ ਤੇ ਕਹਿੰਦੇ ਪ੍ਰਾਈਜ ਵੀ ਅਗਲੇ ਸਾਲ ਤਗੜੇ ਦਿੱਤੇ ਜਾਣਗੇ। ਟੋਲਾ ਫਿਰ ਰਿਹਾ ਖੇਡਦੇ ਮੈਦਾਨ ਚ ਮੁੰਡਾ ਪਰਨਾਲੇ ਵਾਲਾ ਫੱਟਣੇ ਜਹਾਨ ਤੋਂ ਬੱਲੇ ਬੱਲੇ ਹੁੰਦੀ ਨੀ ਕਰਾਉਣੀ ਪੈਂਦੀ ਹੈ। ਸਾਰਨ ਮਾਜਰੇ ਵਾਲਾ ਨੰਬਰ 8 ਹੋ ਗਿਆ ਜਾਂ 9 8 ਤੇ ਉਧਰ ਖਾਤਾ ਨੀ ਖੁੱਲਿਆ ਬਈਏਵਾਲ ਦੀ ਟੀਮ ਦਾ। ਸਾਰੀ ਟੀਮ ਸੋਚਾਂ ਤੇ ਵਿਚਾਰਾਂ ਦੇ ਰੋਚਾਂ ਦੇ ਮਿੱਤਰ ਲੈ ਵੀ ਦੱਸਿਆ ਕਰ ਲੈ ਬਈ ਜੋਤਬੰਦੀ ਸਾਡੀ ਸਾਡੀ ਟੀਮ ਦੇ ਨਾਲ ਜਾਂ ਫਿਰ ਕਹਿ ਦੋ ਜੋਧਪੁਰ ਵਾਲੇ ਨੂੰ ਤੇ ਨਹੀਂ ਫਿਰ ਟੀਵੀ ਨੂੰ ਕਹਿ ਦੇ ਵੱਡੇ ਅਮਰਤ ਨੂੰ ਕਹਿ ਦੇ ਜਿਹੜਾ ਸਰਦਾਰ ਹੈ ਵਾਲੀਬਾਲ ਦਾ ਵੀ ਤਗੜਾ ਹੋ ਕੇ ਖੇਡਣਾ ਪੈਣਾ ਨੈਟ ਤੋਂ ਕੋਈ ਆਉਂਦੀ ਜਾਂਦੀ ਬਾਲ ਖੜੇ ਗੱਲ ਬਣਦੀ ਹੈ। ਜਾਣਗੇ ਪਰ ਅੱਜ ਖੱਬੇ ਵਰਗੇ ਫਿੱਟ ਹੋਏ ਫਿਰਦੇ ਆ। ਖੱਬੇ ਵਰਗੇ ਫਿੱਟਾ ਮੇਰੇ ਮਿੱਤਰੋ ਕੇ ਦੇਖੋ ਲਿਖ ਲੋ ਮੈਂ ਲੋਕ ਹੱਥਾਂ ਬਾਹਾਂ ਤੋਂ ਬਗੈਰ ਉਹ ਪਹੁੰਚ ਚੰਨ ਤੱਕ ਜਾਂਦੋ ਲੋਕੀ ਰਾਹਾਂ ਤੋਂ ਬਗੈਰ ਆਪਣੇ ਹੱਥਾਂ ਦੇ ਨਾਲ ਲਿਖੋ ਤਕਦੀਰ ਲੱਗੇ ਲਿਖਣ ਕਲੇਰਾਂ ਵਾਲਾ ਢੰਗ ਰੱਖੋ ਆਪਾਂ ਜਿੱਤਾਂਗੇ ਜ਼ਰੂਰ ਉਹ ਜਾਰੀ ਜੰਗ ਰੱਖੋ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਸਹੀ ਆ ਕਰਮਜੀਤ ਭਾਈ ਰੱਖੋ।
ਲਾਉਣਗੇ ਜੋ ਰੁਪਈਏ ਵਾਲੀ ਆ ਤਾਂ ਦੇਖਦੇ ਆ ਬਾਈ ਪਰ ਅੱਜ ਨੰਬਰ ਦਾ ਵਾਧਾ ਨਹੀਂ ਕੀਤਾ ਲੋਕ ਕਹਿੰਦੇ ਵੀ ਤੋਪ ਚੱਲੀ ਕੋਈ ਨੀ ਹਾਂਜੀ ਹਾਂਜੀ ਵੀਰੇ ਰਾਵਣ ਕੰਬੋਜ ਸੁਭਾ ਕੁਈਆਂ ਸਰਵਰ ਮਿਲਦੇ ਆ ਬਾਈ ਅੰਗਰੇਜ ਮਰਦੈਡੀ ਸਾਡੇ ਆਪਣਾ ਸਨਮਾਨ ਲਵੇ ਅੰਗਰੇਜ ਮਰਦੈਡੀ ਅੱਜ ਧਰੇਪੇ ਦੀ ਟੀਮ ਦੇ ਲਈ ਖੇਡਿਆ ਅੰਗਰੇਜ਼ ਦਾ ਵੱਡਾ ਮਾਣ ਤੇ ਸਨਮਾਨ ਆ ਗਿਆ ਵੀ ਗੱਭਰੂ ਆ ਇਹਦੀ ਵੀ ਪਰੀ ਚੜਾਈ ਹੈ ਪਰ ਇੱਧਰ ਵੱਡੀ ਟੀਮ ਆ ਬਰੀਏ ਵਾਲੀ ਤੇ ਮੁੰਡੇ ਕਹਿੰਦੇ ਖਿਡਾਲ ਵਾਲੇ ਅੱਜ ਪਾਣੀ ਪਾਈ ਫਿਰਦੇ ਆ ਚੜਾਈ ਉਹਨਾਂ ਦੀ ਵੀ ਓਨੀ ਹੋਈ ਹੈ ਮੇਰੇ ਮਿੱਤਰੋ ਅੱਜ ਦੁਨੀਆਂ ਦੇ ਸਟਾਰਾਂ ਦੀ ਟੱਕਰ ਫਾਈਨਲ ਮੈਚ ਹੈ ਮੇਰੇ ਮਿੱਤਰੋ ਸਨੀ ਨੇ ਕਰ ਦਿੱਤਾ ਸਨੀ ਹੈ ਮੇਰੇ ਥਰਡ ਫੋਰਥ ਪੋਜੀਸ਼ਨ ਤੇ ਰਹੀ ਆ ਮਲੋਟ ਨਹੀਂ ਆਈ ਵੀਰੇ ਜੀਤ ਢਿੱਲੋਂ ਓਕੇ ਓਕੇ ਵੀਰੇ ਜੀਤ ਦਰਸ਼ਾਦ ਜੀਤ ਬਾਈ ਦੇਖੀ ਜਾਂਦਾ ਸਟਾਲ ਜੀਤ ਢਿੱਲੋਂ ਤਲਵੰਡੀ ਜੀਤ ਢਿੱਲੋਂ ਤਲਵੰਡੀ ਉਧਰ ਤਲਵੰਡੀ ਵਾਲਾ ਜੀਤ ਕਹਿੰਦੇ ਪੈਰਾਂ ਵਾਲੇ ਪੱਕਾ ਤੂੰ ਬਾਂਦਰਾਂ ਦਾ ਜੱਜ ਕਰੇ ਬਾਲ ਨਾਲ ਧੱਕਾ ਜੀਤ ਸਾਡਾ ਵੀਰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਚਾਂਗਲੀ ਵਾਲਿਆ ਇਹ ਜਿਹੜੀ ਬੋਲਾਂ ਦੀ ਸਾਂਝ ਮੈਂ ਤੁਹਾਡੇ ਨਾਲ ਪਾ ਰਿਹਾ ਬਾਈ ਜੀਤ ਦੀ ਵੱਡੀ ਦੇਣ ਹੈ ਆਪਾਂ ਧੰਨਵਾਦ ਕਰਾਂਗੇ ਪਹਿਲੀ ਵਾਰ ਭੈਣੀ ਬਾਈ ਇਹਦੀ ਧਰਤੀ ਤੇ ਮੈਨੂੰ ਆਖਿਆ ਵੀ ਤੂੰ ਬੋਲ ਸਕਦਾ ਤਲਵੰਡੀ ਵਾਲਿਆ ਤੇ ਫਿਰ ਅੱਜ ਪਰਮਾਤਮਾ ਦੀ ਮਿਹਰ ਹੈ ਤੁਹਾਡੇ ਨਾਲ ਜਿਹੜੇ ਦੋ ਚਾਰ ਬੋਲ ਜਿਹੜੇ ਸਾਂਝੇ ਕਰ ਲੂਗੇ ਤਲਵੰਡੀ ਵਾਲਾ ਜੀਤ ਆਪਾਂ ਉਸਤਾਦ ਕਹਾਂਗੇ ਸਾਡਾ ਵੀਰ ਹੈ ਉਹ ਇਹਨਾਂ ਮਿਰਚਾਂ ਦੇ ਨਾਲ ਧੰਨਵਾਦ ਕਰਾਂਗੇ ਤਲਵੰਡੀ ਵਾਲੇ ਜੀਤ ਦਾ ਮੈਂ ਵੀ ਜੀਤ ਵੇਖ ਬਣਾ ਕੇ ਜਿਹੜੇ ਤੈਰੇ ਹੈ ਇੱਧਰ ਖੱਡੇ ਵਰਗੇ ਅੱਜ ਫਿੱਟ ਹੋਏ ਫਿਰਦੇ ਤੇ ਕਹਿੰਦੇ ਫਾਈਨਲ ਅਸੀਂ ਜਿੱਤਣਾ ਹੈ ਪਰ ਬਈਏ ਵਾਲੀਆਂ ਦੀ ਚੜ੍ਹਾਈ ਹੈ ਘਰ ਦਾ ਮੇਲਾ ਤੇ ਅੱਜ ਦੇਖਾਂਗੇ ਨੰਬਰ ਦਾ ਵਾਧਾ ਹੁਣ ਕੌਣ ਕਰੇਗਾ ਚੌਂਤੀ ਮੇਰੇ ਮਿੱਤਰੋ ਪਿੰਡ ਪਰਿਵਾਰ ਦਾ ਤੇ ਉਧਰ ਮੁੰਡਾ ਉਪਲਾਂ ਦਾ ਤੇ ਖੱਬੇ ਵਰਗੇ ਪੂਰੇ ਫਿੱਟ ਮੇਰੇ ਮਿੱਤਰੋ ਨਾਲ ਗੁਰਦੀਪ ਤੇ ਵਿੱਕੀ ਦੀ ਪੂਰੀ ਚੜ੍ਹਾਈ ਹੈ ਮੇਰੇ ਮਿੱਤਰੋ ਨਾਲ ਅਨਿਲ ਚੋਟਪੁਰ ਦੀ ਧਰਵੀ ਦਾ ਦੱਸਿਆ ਬਾਲ ਨਹੀਂ ਕਈ ਵਾਰੀ ਠੰਡਾ ਜਿਹਾ ਖੜਾ ਹੈ ਦਰਸ਼ਕਾਂ ਦੇ ਕਮੈਂਟ ਵੀ ਆ ਰਿਹਾ ਵੀ ਜੱਸੇ ਨੇ ਬਾਲ ਨਹੀਂ ਮਾਰੀ ਬਾਲ ਹਾਲੇ ਮਾਰੀ ਕੋਈ ਨੀ ਪਰ ਖੱਬਾ ਕਹਿੰਦੇ ਅੱਜ ਜਿੱਤ ਕੇ ਜਾਣ ਨੂੰ ਫਿਰਦਾ ਖੱਬਾ ਕਹਿੰਦਾ ਤੁਹਾਡੇ ਘਰ ਦਾ ਮੇਲਾ ਤੇ ਤੁਹਾਨੂੰ ਘਰ ਦੇ ਵਿੱਚ ਆ ਕੇ ਜਾਣਾ ਹੈ ਤਗੜੇ ਉਹਦੇ ਮੁੰਡੋ ਖੇਡ ਰਹੇ ਮੈਦਾਨ ਵਿੱਚ ਲੱਗਿਆ ਚੋਰ ਉਹਨਾਂ ਟੀਮਾਂ ਦਾ ਚੋਰ ਤੇ ਜਵਾਨੀ ਖੁਦ ਹੀ ਉਮਰਾਂ ਦਾ ਖੇਡ ਬਈ ਇਹਦੇ ਵਿੱਚ ਹੁੰਦਾ ਯਾਰ ਸਾਨਾ ਵਾਲਾ ਭੇੜ ਬਈ ਇਹਦੇ ਵਿੱਚ ਹੁੰਦਾ ਯਾਰ ਸਾਨਾ ਵਾਲਾ ਭੇੜ ਬਈ ਤਗੜਾ ਮੈਚ ਮੇਰੇ ਮਿੱਤਰੋ ਤੂੰ ਚੁੱਬ ਕੱਢ ਕੇ ਫੱਟੇ ਚ ਚੁੱਲ ਕੱਢ ਕੇ ਉਹ ਕੀਤੀ ਖੋਕ ਕੇ ਤਸੱਲੀ ਨਾਲ ਝੰਡ ਮਿੱਤਰੋ ਰਾਜੇ ਖੋਲੇ ਅੱਤ ਦਾ ਵੀ ਸਿਰਾ ਹੋ ਗਿਆ ਝੜਗੀ ਸਰੀਰਾਂ ਵਾਲੀ ਉਹ ਕੰਡ ਉਤਰੋ ਝੜਗੀ ਸਰੀਰਾਂ ਵਾਲੀ ਕੰਡ ਉਤਰੋ ਲੋ ਸੱਤਾ ਗਰੇ ਉਤਰੋ ਪੈ ਗਿਆ ਗਗਨੇ ਦੇ ਪਿੱਛੇ ਕਹਿੰਦਾ ਭਾਜੋ ਗਗਨੇ ਕਿੱਥੋਂ ਕਦਾ ਭਜਦਾ ਹੈ ਅੱਜ ਦੇ ਸਾਰੇ ਹਿਸਾਬ ਕਿਤਾਬ ਬਰਾਬਰ ਕਰਨੇ ਹੈ ਬੁੱਢੇ ਦੇ ਨੰਬਰ ਦਾ ਵਾਧਾ ਇੱਕ ਹੋਰ ਆਪਣੀ ਟੀਮ ਦੇ ਹਿੱਸੇ ਤੇ ਅਨਦਾਨੇ ਵਾਲਾ ਨਵਨੀਤ ਵੀ ਬੈਠਾ ਹੈ ਦੱਸੀ ਵੀ ਜਾਦੂ ਕਹਾਣੀ ਕਿੱਥੇ ਦੇ ਖੜਦੀ ਹੈ ਹੋਰ ਦਾ ਸਾਂਝਾ ਕਰਦੀ ਗਈ ਸਾਡੀ ਜਿੱਥੇ ਲੱਗੀ ਆ ਤੇ ਲੱਗੀ ਰਹਿਣ ਦੇ ਨੌ ਨੰਬਰ ਹੈ
ਅੰਮ੍ਰਿਤ ਤੇ ਆਸਾਂ ਕਿਹਦੀਆਂ ਤੇ ਫਿਰਦਾ ਤੇ ਗੱਲਾਂ ਸਮਝਦੀਆਂ ਲੈ ਵੀ ਟੋਟੀ ਫਰਕ ਵੱਡਾ ਤਾਂ ਇਹ ਹੈ ਟੀਮ ਵੱਡੀ ਹੈ ਤੇ ਹਾਲੇ ਖਾਤਾ ਨਹੀਂ ਖੁੱਲਿਆ ਕੁਝ ਨਾ ਕੁਝ ਕਰਕੇ ਦਿਖਾਉਣਾ ਪੈਣਾ ਹੌਸਲੇ ਦਾ ਜੁੱਤੀਏ ਮੈਦਾਨ ਸੋਹਣਿਆ ਆਥੇ ਕੋਡਿਆਂ ਨੇ ਵਾਲਾ ਮਾਨ ਸੋਹਣਿਆ ਲੱਖਾਂ ਤੇ ਕਰੋੜਾਂ ਵਿੱਚੋਂ ਖੜਾ ਦਿਸਦਾ ਵੱਖਰੀ ਪਛਾਣ ਖਾਲਸੇ ਦਲੇਰ ਦੀ ਉਹ ਜੰਗਲਾਂ ਦੇ ਪੈਂਦੇ ਨੇ ਕਾਨੂੰਨ ਸਿੱਖਦੇ ਪੱਤੀ ਰਹਿੰਦੀ ਪੈੜ ਕਦੇ ਭੁੱਖੇ ਸ਼ੇਰ ਦੀ ਅਜਾਇਬ ਢਾਕਾ ਰਾਮਕੋਟ 11-0 ਵੀਰੇ 11 ਹੋ ਗਿਆ ਵੀਰੇ 21 ਦੀ ਗੇਮ ਆ ਬਾਈ ਵਧੀਆ ਖੇਡਿਆ ਹੁਣ ਤਾਂ ਮੈਚ ਚੱਲਦੇ ਰਹਿੰਦਾ ਥੋੜਾ ਸਮਾਂ ਬਾਕੀ ਹੈ ਇਸ ਮੈਚ ਦਾ ਨਾਲ ਸਭ ਨੇ ਕਹਿਣਾ ਵੀ ਬੋਲਣ ਵਾਲੇ ਬੰਦਿਆਂ ਨੇ ਐਨ ਚੜ੍ਹਾਈ ਕੀਤੀ ਹੈ ਬਈਏਵਾਲ ਦੀ ਟੀਮ ਨੇ ਤੇ ਕੀਤਾ ਕੱਖ ਵੀ ਨਹੀਂ ਕੀਤਾ ਕੁਝ ਵੀ ਨਹੀਂ ਕੁਝ ਨਾ ਕੁਝ ਕਰਕੇ ਦਿਖਾਉਣਾ ਪੈਣਾ ਮੁੰਡੇ ਖਨਾਲੀਏ ਗੁਰਦੀਪ ਵਰਗੇ ਵਿੱਕੀ ਵਰਗੇ ਫਾਰਡ ਦੇ ਵਿੱਚੋਂ ਕਹਿੰਦੇ ਚੰਪ ਮਾਰ ਮਾਰ ਕੇ ਸ਼ਾਟਾਂ ਮਾਰਦੇ ਆ ਸੱਤਾ ਖੇਤਾਂ ਦੇ ਰਿਤਰੋ ਦੁਨੀਆਂ ਤੂਫਾਨ ਕਹਿੰਦੀ ਹੈ ਲੋ ਤੂਫਾਨ ਨੇ ਫੇਰ ਨੰਬਰ ਦਾ ਵਾਧਾ ਕਰ ਦਿੱਤਾ ਹੈ ਲੋ ਤੂਫਾਨ ਵੀ ਆ ਗਿਆ ਲਿਸਟ ਤੇ ਅੱਖ ਰੱਖੀ ਫਿਰਦਾ ਕਹਿੰਦਾ 2100 ਭਾਕਰ ਦੇ ਮੇਲੇ ਤੋਂ ਲਟਕੀ ਲੱਗੀ ਮੁੰਡੇ ਬੜੀ ਚੜ੍ਹਦਾ ਪਿਆ ਦੇ ਬੰਦੇ ਵਰਗੇ ਕੱਪਾਂ ਦਾ ਵਿਸ਼ਟ ਰਹਿਣ ਦਾ ਮਾਣ ਹੈ ਸਾਰੇ ਹੀ ਖਿਡਾਰੀ ਟੌਪ ਹੈ ਵਿਸ਼ਟ ਬਣਨਾ ਕਿਹਨੇ ਇਹ ਸਮੇਂ ਦੀ ਗੱਲ ਹੈ ਆਉਣ ਵਾਲਾ ਸਮਾਂ ਦੱਸੋ ਸਾਡੇ ਪ੍ਰਬੰਧਕ ਵੀਰਾਂ ਨੇ ਦੱਸਣਾ ਜਿਹੜੇ ਜੱਜ ਬੈਠੇ ਹੈ ਵੀ ਕਿਹੜੇ ਕਿਹੜੇ ਖਿਡਾਰੀ ਅੱਜ ਦੇ ਵਿਸ਼ਟ ਹੋਣ ਦੇ ਲਈ ਖੁੱਲੇ ਵਾਲੀ ਹੈ ਸਨੀ ਉਧਰ ਯੰਤੀ ਦਾ ਵੀ ਨਾਂ ਵੱਡਾ ਹੈ ਪਰ ਇੱਕ ਹੋਰ ਗਲਤ ਹੋ ਚੁੱਕੀ ਹੈ ਤੇ ਨੰਬਰ ਖੱਬੇ ਨਾਲ ਸੱਤਾ ਤੇ ਸਨੀ ਵੀਰੇ ਖਾਤੇ ਦੇ ਵਿੱਚ ਆ ਜਾਂਦੇ ਹੈ ਸੱਤਾ ਤੇ ਸਨੀ ਨੈਟ ਤੇ ਜੰਗੀਰਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ 12 ਤੋਂ ਵੱਧ ਕੇ 13 ਹੋ ਗਏ ਹੈ ਪ੍ਰਾਈਜ਼ 15,000 ਫਸਟ ਵੀਰੇ ਸੈਕੰਡ 8100 ਤੀਜਾ ਚੌਥਾ 2100 ਹੋਣਗੇ ਸਾਇਰ ਬਾਈ ਮੈਚ ਬਹੁਤ ਤਕੜਾ ਲਾਓ ਮਰਜੀਤ ਸਿੰਘ ਉੱਪਲ ਦਾ ਪੱਤਰ ਖੇਡ ਮੈਦਾਨ ਦੇ ਵਿੱਚ ਦੀਪ ਜਵੰਦੇ ਦਾ ਚਹੇਤਾ ਖਿਡਾਰੀ ਕੱਲ ਨੂੰ ਕਹਿੰਦੇ 11:30 ਦਾ ਸਮਾਂ
ਸਾਡੇ 11 ਦੇ ਸਮੇਂ ਦੇ ਨਾਲ ਮੀਡੀਆ ਦੀਆਂ ਟੀਮਾਂ ਜਿਹੜੀਆਂ ਪ੍ਰਵੇਸ਼ ਸੁਣਗੀਆਂ ਤੇ ਫਿਰ ਮੈਚਾਂ ਦੀ ਸਾਂਝ ਆਪਾਂ ਪਾਵਾਂਗੇ। ਸਾਰੀਆਂ ਟੀਮਾਂ ਨੂੰ ਬੇਨਤੀ ਤੋਂ ਬਾਅਦ ਐਂਟਰੀ ਨਹੀਂ ਹੋਵੇਗੀ। ਸਾਡੇ 11 ਵਜੇ ਦੇ ਸਮੇਂ ਦੇ ਨਾਲ ਜਿਹੜੇ ਵੀ ਖਿਡਾਰੀ ਖੇਡਣਾ ਚਾਹੁੰਦੇ ਹੋ ਪੁੱਜਣਗੇ ਕੱਲ੍ਹ ਨੂੰ ਗੱਲਾਂ ਭਾਗਪੁਰ ਦੇ ਵੱਡੇ ਕੱਪ ਦੀਆਂ ਹੋਣਗੀਆਂ। ਹਰਦੀਪ ਤੇ ਗੁਰਦੀਪ ਖੁੱਲ੍ਹੇ ਸੱਦੇ ਦੇ ਰਹੇ ਹੈ। ਮੈਚ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ ਦੁਨੀਆਂ ਦੇ ਧਨੰਤਰ ਖੇਡ ਰਹੇ ਹੈ। ਦੁਨੀਆਂ ਦੇ ਮਹਾਰਥੀ ਇਸ ਮੈਚ ਦੇ ਵਿੱਚ ਜਿਹੜੀ ਖੇਡ ਰਹੀ ਹੈ। ਹੁਣ ਸਤੈਨ ਮੁੰਡਾ ਹਵਾ ਹਵਾਈ ਹੋਇਆ ਫਿਰਦਾ ਹੈ ਤੇ ਖੱਬਾ ਵੀ ਐਤਕੀ ਦੇ ਸਾਲ ਕਦੇ ਵੱਡੇ ਟੂਰਨਾਮੈਂਟਾਂ ਦਾ ਗੇਸਟ ਰਿਹਾ, ਕਦੇ ਮੁੰਡੇ ਦੇ ਸਾਈਕਲ, ਕਦੇ ਜੋਸਰ, ਕਦੇ ਮਸੀਨਾ ਇੰਡੀਆ ਦੀਆਂ ਜਿੱਤੀਆਂ। ਇਹਦਾ ਨਾਂ ਵੀ ਦੁਨੀਆਂ ਦੇ ਵਿੱਚ ਬਹੁਤ ਵੱਡਾ ਹੈ। ਗੁਰਵਿੰਦਰ ਸਿੰਘ ਪੂਰਾ ਨਾਂ ਹੈ, ਦੁਨੀਆਂ ਕਹਿੰਦੇ ਹੈ। ਇਹ ਮੁੰਡਾ ਪੰਜਾਬ ਪਿੰਡ ਦੇ ਵਿੱਚ ਧਰਤੀ ਅਤੇ ਚੰਡੀਗੜ੍ਹ ਨੌਕਰੀ ਕਰਦਾ ਹੈ। ਜੱਟ ਮੋਢੇ ਤੇ ਪੀਪੀ ਲਿਖਾਈ ਫਿਰਦਾ ਹੈ, ਮੁੰਡਾ ਮੋਢੇ ਤੇ ਪੀਪੀ ਲਿਖਾਈ ਫਿਰਦਾ ਹੈ। ਇਹ ਵੀ ਖਿਡਾਰੀ ਦੀ ਬੜੀ ਚੜ੍ਹਤ ਅਤੇ ਨਿਟਮੈਨ ਅੱਜ ਕਿਹੜੇ ਵਿਸ਼ਟ ਹੋਣਗੇ ਸਮੇਂ ਦੀਆਂ ਗੱਲਾਂ। ਜਗੀਰਾ ਵੀ ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦਾ ਹੈ ਤੇ ਅੰਬਰਦੀ ਵੀ ਚੜ੍ਹਦੀ ਬਰੇਸ ਹੈ। ਇਹ ਵੀ ਮੁੰਡਾ ਇੱਕ ਪੰਜਾਬ ਦੇ ਕਾਫੀ ਕੱਪਾਂ ਦਾ ਵਿਸ਼ਟ ਰਹਿਣ ਦਾ ਮਾਣ ਹੈ ਇਸ ਗੱਭਰੂ ਨੂੰ ਤੇ ਡਿਫੈਂਸਰ ਅੱਜ ਦੇ ਕਿਹੜੇ ਹੋਣਗੇ ਆਉਣ ਵਾਲੇ ਸਮੇਂ ਦੀਆਂ ਬਾਤਾਂ ਹੋਣਗੀਆਂ। ਉਹ ਬਾਬੇ ਨਾਨਕ ਨੂੰ ਪਤਾ ਵੀ ਕਿਹਦੀਆਂ ਫੁਟਮਾਂ ਪੈਣਗੀਆਂ, ਕਿਹੜੇ ਖਿਡਾਰੀ ਭਾਗਪੁਰ ਦੇ ਵੱਡੇ ਕੱਪ ਦੇ ਬਿਸ਼ਟ ਹੋਣ ਦਾ ਮਾਣ ਹਾਸਲ ਕਰਨਗੇ ਸਮੇਂ ਦੀਆਂ ਗੱਲਾਂ। ਉੱਧਰ ਰੋਡਾਂ ਵਾਲਾ ਮਿੰਟੂ ਵੀ ਨੁਕਤੇ ਸਾਂਝੇ ਕਰ ਰਿਹਾ ਹੈ। ਲੇਕਿਨ ਮਿੰਟੂ ਕਮਿੰਟ ਆਉਂਦੇ ਜਵਾਬ ਜ਼ਰੂਰ ਦੇਈ ਚੱਲੀ, ਮਿੰਟੂ ਦਾ ਵੀ ਧੰਨਵਾਦ ਹੈ। ਐਨ ਅੱਜ ਪਾਲੇ ਜਲਾਲਪੁਰੀਏ ਵਰਗੇ ਅੰਦਾਜ਼ ਅਦਾ ਕਰ ਰਹੇ ਹੈ। ਲੋ ਬਹੁਤ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ। ਐਨ ਮਿੰਟੂ ਦੀ ਚੜ੍ਹਾਈ ਹੈ ਮੇਰੇ ਮਿੱਤਰ ਬਾਲੀਵਾਲ ਜੈਦੇ ਵਿੱਚ। ਵਧੀਆ ਡਿਫੈਂਸਰ ਹੈ ਵੀਡੀਓ ਦੀ ਦੁਨੀਆਂ ਦਾ ਤੇ ਉੱਥੇ ਕਹਿੰਦੇ ਸਾਡੇ ਵੀਰਾਂ ਨੇ ਟੋਪੀ ਲਾਈ ਹੈ ਹਰਦੀਪ ਕਲੱਬ ਭਾਗਪੁਰ ਦੇ ਜ਼ਰੀਏ। ਸਾਡਾ ਵੀਰ ਇਹਦੀ ਬੱਚਿਆਂ ਨੂੰ ਲਾਈਵ ਕਰਿਆ ਕਰੇਗਾ। ਚੰਗਲੀ ਵਾਲ ਦਾ ਵੀ ਧੰਨਵਾਦ ਹੈ ਤੇ ਸਾਹਿਬ ਤੋਂ ਦੇ ਜ਼ਰੀਏ ਵੀ ਦੁਨੀਆਂ ਮੈਚਾਂ ਦਾ ਆਨੰਦ ਮਾਣਦੀ ਹੈ। ਤਕੜਾ ਮੈਚ ਖੇਡ ਕੇ ਪਰ ਹਾਲੇ ਖਾਤਾ ਨਹੀਂ ਖੁੱਲਿਆ ਦੀ ਟੀਮ ਦਾ। ਮੇਰੇ ਖਿਆਲ ਚ ਜਦੋਂ ਖਾਤਾ ਨਹੀਂ ਖੁੱਲਿਆ ਤੇ ਪਰ ਖੁੱਲਣਾ ਜ਼ਰੂਰ, ਇਹ ਪਤਾ ਨੀ ਖੁੱਲਣਾ ਕਦੋਂ ਹੈ। ਦੁਨੀਆਂ ਦੇ ਸਟਾਰ ਖਿਡਾਰੀ ਤੇ ਸਨੀ ਮੇਰੇ ਮਿੱਤਰੋ, ਲਾਵੀ ਸਨੀ ਕੋਈ ਜ਼ਿਕਰ ਨਹੀਂ, ਕਿਹੜਾ ਕੁੰਭ ਦਾ ਮੇਲਾ ਵੀ 12 ਸਾਲਾਂ ਬਾਅਦ ਆਉਣਾ ਹੈ। ਇਹ ਤੇ ਕਾਲੀਏ ਦੁਬਾਰੇ ਫੇਰ ਬਣ ਜਾਣੀ ਹੈ। ਲਓ ਸਨੀ ਥੋੜਾ ਸਿਆ ਹੱਸਣਾ ਉਹਨਾਂ ਦੀ ਆਦਤ ਸੀ, ਅਸੀਂ ਗਲਤ ਅੰਦਾਜ਼ੇ ਲਾ ਬੈਠੇ। ਉਹ ਹੱਸਦੇ ਹੱਸਦੇ ਚਲੇ ਗਏ, ਅਸੀਂ ਆਪਣਾ ਆਪ ਗਵਾ ਬੈਠੇ। ਉਹ ਹੱਸਦੇ ਹੱਸਦੇ ਚਲੇ ਗਏ, ਹੱਸਣਾ ਉਹਨਾਂ ਦੀ ਆਦਤ ਸੀ। ਲਓ ਸਨੀ ਵੀ ਥੋੜਾ ਸਿਆ, ਥੋੜਾ ਥੋੜਾ ਸੁਣਾ ਜ਼ਰੂਰ ਚਾਹੀਦਾ, ਕੋਈ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਸੁਣਾ ਜ਼ਰੂਰ ਚਾਹੀਦਾ। ਲਓ ਜਗੀਰਾ ਵੀ ਦੇਖਦਾ ਵੀ ਨੰਬਰ 1 ਕਰਾਤਾ ਟੋਲੀ ਵਾਲੀ ਆ, ਨੰਬਰ 1 ਕਰਾਤਾ ਇਹ ਦਸਵੀਂ ਮੁੰਡਿਆ 1 ਤੇ 13 ਉਧਰਲੇ ਪਾਸੇ ਦੇ ਤੜਕੇ ਉੱਠ ਕੇ ਨਾਮ ਧਿਆਲਾ ਨਾਲ ਗੁਰਾਂ ਦੇ ਪ੍ਰੀਤਾਂ ਪਾਲਾ ਗੁਰੂ ਘਰ ਦਾ ਸਪੀਕਰ ਬੋਲੋ ਵੀ ਤੱਕੜੀ ਨਾਨਕ ਦੀ 13 ਤੋਲੇ ਤੱਕੜੀ ਬਾਬੇ ਨਾਨਕ ਦੀ। ਬਾਬੇ ਨਾਨਕ ਨੇ ਆਖਿਆ ਨਾ ਕੋਈ ਤੇਰਾ ਨਾ ਕੋਈ ਮੇਰਾ, ਸਭ ਏਕ ਹੈ। ਲਓ ਗੱਲਾਂ ਕਹਿੰਦੇ 13 ਦੀਆਂ, ਵਾਓ ਗੱਭਰੂ ਦਾ ਕਿਵੇਂ ਪੁਰਾਣਾ ਕਾਪੀ ਹੈ। ਰਥਲਾ ਚਨੌਲੀਆਂ ਨੀ ਯੱਟ ਭੁੱਲਿਆ, ਕੀ ਹੋਇਆ ਕਰਨੇ ਸਰਕਾਰ ਸਦਕੇ, ਰਥਲਾ ਚਲਾਉਣੀਆਂ ਨੀ ਯੱਟ ਭੁੱਲਿਆ। ਕਿਸੇ ਗੱਲ ਦੇ ਨਾਲ ਹੀ ਜਿੱਤਿਆ ਜਾਣਾ ਹੈ, ਗੱਲ ਕਹਿੰਦੇ ਪੈਸਿਆਂ ਦੀ ਨਹੀਂ, ਗੱਲ ਦੁਸ਼ਟ ਦੀ ਵੱਡੀ ਬਣ ਜਾਂਦੀ ਹੈ ਜੀ। ਕਿਹੜਾ ਖਿਡਾਰੀ ਜਦੋਂ ਬੁਲਾਰੇ ਬੋਲਦੇ ਆ ਦੁਨੀਆਂ ਕੰਮ ਚੱਕਦੀ ਹੈ। ਹੁਣ ਦੇਖਾਂਗੇ ਵੀ ਭਾਗਪੁਰ ਦੇ ਕੱਪ ਦਾ ਜੀ ਕੌਣ ਬਿਸ਼ਟ ਰਹਿੰਦਾ। ਹਜੇ ਸੱਤਿਆ ਜ਼ੋਰ ਲਾਉਣਾ ਪੈਣਾ, ਰੈਸਲੀਆ ਤੈਨੂੰ ਦੁਨੀਆਂ ਤੋਪ ਕਹਿੰਦੀ ਹੈ, ਪਰ ਅੱਜ ਉਹ ਖੇਡ ਨਹੀਂ ਦਿਖਾਈ ਜਿਹੜੀ ਖੇਡ ਦੇ ਕਰਕੇ ਤੂੰ ਜਾਣਿਆ ਜਾਂਦਾ। ਉਧਰ ਬਾਈ ਹਰਦੀਪ ਭਾਗਪੁਰ ਦੇ ਤੇ ਨਾਲ ਬਾਈ ਗੁਰਦੀਪ, ਕਹਿੰਦੇ ਆਪਾਂ ਕੱਲੇ ਕੱਲੇ ਖੇਡ ਦਾ LCD ਦੇ ਨਾਲ ਵੰਨ ਤੋਂ ਸਨਮਾਨ ਕਰਦਾ ਹੈ। ਆਉਂਦੇ ਸਾਲ ਜਿਹੜੇ ਟੂਰਨਾਮੈਂਟ ਆਏ ਆ ਤੇ ਜੇਕਰ ਟੀਮ ਫਸਟ ਰਹਿੰਦੀ ਹੈ ਚੱਲਦੇ ਹੋਏ ਮੈਚ ਦੇ ਵਿੱਚ, ਜੇਕਰ ਆਪਣੀ ਟੀਮ ਜਿੱਤਦੀ ਹੈ
ਤੇ ਕੱਲੇ ਕੱਲੇ ਪਲੇਅਰ ਦਾ ਵੱਡਾ ਮਾਣ ਤੇ ਸਨਮਾਨ ਜਿਹੜਾ ਐਲਈਡੀ ਦੇ ਨਾਲ ਕੀਤਾ ਜਾਣਾ ਹੈ। ਆਪਾਂ ਧੰਨਵਾਦ ਕਰਾਂਗੇ ਸਾਡੇ ਦੋਨਾਂ ਵੀਰਾਂ ਦਾ, ਵਾਲੀਬਾਲ ਦੇ ਸੱਚੇ ਆਸ਼ਿਕ ਹੈ, ਵੱਡੇ ਮਾਣ ਤੇ ਸਨਮਾਨ ਜਿਹੜੇ ਪਲੇਅਰਾਂ ਦੇ ਕਰਦੇ ਆ। ਲਓ ਸਰਵ ਸੁਚੇਤ ਮੇਰੇ ਮਿੱਤਰੋ, ਹੁਣ ਦੇਖਾਂਗੇ ਨੰਬਰ ਦਾ ਵਾਧਾ ਕਿਹਨੇ ਕਰਨਾ ਮੇਰੇ ਮਿੱਤਰੋ। ਲੱਗਿਆ ਦੋਨਾਂ ਟੀਮਾਂ ਦਾ ਜੋਰ ਤੇ ਪਟਾਕੇ ਜਿਹੜੇ ਪੈ ਰਹੇ ਆ ਖੇਡ ਦੇ ਮੈਦਾਨ ਵਿੱਚ, ਦੋਨਾਂ ਟੀਮਾਂ ਦਾ ਜੋਰ ਮੇਰੇ ਮਿੱਤਰੋ ਕਿ ਲੈ ਕੇ ਫਸਟ ਏਡ ਜਿੱਤਣੇ ਨੂੰ ਫਿਰਦੇ ਆ। ਉਹ ਜ਼ਿੰਦਗੀ ਦੀ ਗੇਮ ਨਖਰੋ, ਥੋੜਾ ਕੰਬਣਾ ਕੀ ਬਹਿ ਕੇ ਪੂਰਾ ਹੋ ਜਾਵੇ, ਕਿੱਡਾ ਕੁ ਹੋਣਾ ਏਮ ਨਖਰੋ, ਚੱਕ ਫੀਲਿੰਗਾਂ ਦੇ ਦੰਨਾ ਚੱਕੀ ਫਿਰਦੇ। ਉਹ ਮਿੱਤਰਾਂ ਨੇ ਰੱਖੇ ਠਾਰ ਕੇ, ਆਪਾਂ ਉਹ ਨੀ ਜੋ ਪਾਉਂਦੇ ਸਟੋਰੀਆਂ ਮਾਰ ਕੇ, ਆਪਾਂ ਉਹ ਨੀ ਜੋ ਪਾਉਂਦੇ ਆ ਸਟੋਰੀਆਂ। ਇਹ ਗੁਰਵਿੰਦਰ ਸਿੰਘ ਖੱਬੇ ਖਣਾਲ ਵਾਲਾ ਬਾਕੀ ਧੱਕ ਹੈ ਮੁੰਡੇ ਦੀ, ਐਨ ਧੱਕ ਪਾ ਦਿੱਤੀ ਹੈ। ਖੱਬੇ ਖਣਾਲ ਦਾ ਨਾਂ ਇੱਕ ਬੱਚੇ ਦੀ ਜ਼ੁਬਾਨ ਤੇ ਹੈ, ਹਰ ਕੋਈ ਲੋਚਦਾ ਵੀ ਮੈਂ ਖਣਾਲ ਦਾ ਖੱਬਾ ਬਣ ਗਿਆ। ਪਰ ਖੱਬਾ ਬਣਨ ਦੇ ਲਈ ਵੱਡੀ ਮਿਹਨਤ ਕਰਨੀ ਪੈਂਦੀ ਹੈ। ਇਹ ਵੀ ਮੁੰਡੇ ਨੇ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਸੰਘਰਸ਼ ਕੀਤਾ, ਮੈਚ ਹਰਿਆ ਵੀ ਬਹੁਤ ਹੋਣਾ, ਪਰ ਜਿੱਤ ਕਹਿੰਦੇ ਹਰ ਇੱਕ ਦੇ ਬੂਹੇ ਤੇ ਆਉਂਦੀ ਜ਼ਰੂਰ ਹੈ। ਕੋਈ ਸਾਂਭ ਲੈਂਦਾ, ਕੋਈ ਦਰਵਾਜ਼ਾ ਖੋਲ ਦਿੰਦਾ ਤੇ ਕੋਈ ਸੁੱਤਾ ਪਿਆ ਰਹਿ ਜਾਂਦਾ। ਜਿੱਤ ਹਰ ਇੱਕ ਨੂੰ ਸਮੇਂ ਦੇ ਨਾਲ ਨਸੀਬ ਹੁੰਦੀ ਹੈ। ਇਹ ਵੀ ਗੱਭਰੂ ਨੇ ਵੱਡੀ ਮਿਹਨਤ ਕੀਤੀ ਹੈ ਤੇ ਅੱਜ ਇੱਕ ਵੱਡਾ ਨਾਂ ਹੈ ਦੁਨੀਆਂ ਤੇ ਖਣਾਲ ਦੇ ਖੱਬੇ ਦਾ, ਦੁਨੀਆਂ ਦੇ ਵੱਡੇ ਖਿਡਾਰੀਆਂ ਦੇ ਤੌਰ ਤੇ ਖੱਬੇ ਨੂੰ ਦੁਨੀਆਂ ਜਾਣਦੀ ਹੈ। ਉਧਰ ਮਨਦੀਪ ਸਿੰਘ ਜੌਂਟੀ ਤੇ ਸੱਤੇ ਦੀ ਬੜੀ ਤਹਿਲਕਾ ਮਚਾਇਆ ਪੰਜਾਬ ਹਰਿਆਣੇ ਦੇ ਕੱਪਾਂ ਤੇ, ਯੂਪੀ ਦੇ ਵਿੱਚ ਵੀ ਕਹਿੰਦੇ ਜੋੜੀ ਦੀ ਚਰਚਾ ਰਹੀ ਹੈ। ਜੈਨ ਸੱਜਰੇ ਸਰੀਰ ਗੱਭਰੂ ਬਣੇ ਹੋਏ ਆ, ਕਦੇ ਆਲ ਓਪਨ ਦੇ ਮੈਚ ਇਕੱਠੇ ਖੇਡੇ ਹੈ, ਰਿੱਕੀ ਖੇਡਿਆ, ਗੁਰਪਾਲ ਸਿੰਘ ਵਾਲੇ ਦਾ ਨਿੱਤੇ ਗੱਲਾਂ ਹੋਈਆਂ। ਪਰ ਸਮੇਂ ਸਮੇਂ ਦੀ ਗੱਲ ਹੈ, ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਤੇ, ਸਦਾ ਨੀ ਉਹ ਬੰਦਿਆਂ ਚੜ੍ਹਾਈਆਂ ਰਹਿੰਦੀਆਂ। ਉਹ ਤਜਰਬੇ ਦਾ ਭੰਡਾਰ ਮੇਰੇ ਮਿੱਤਰੋ, ਤੇ ਇੱਧਰ ਚੱਫੀਆਂ ਪੈ ਗਈਆਂ ਜਿਵੇਂ ਏਅਰਪੋਰਟ ਤੇ ਕੁੜਮਣੀਆਂ ਮਿਲਦੀਆਂ ਹੈ। ਜਗੀਰੇ ਨੇ ਦੱਸਿਆ ਵੀ ਤਜਰਬਾ ਤਜਰਬੇ ਹੁੰਦਾ ਹੈ। ਇਹ ਜਗੀਰਾ ਖਣਾਲ ਦੀ ਧਰਤੀ ਦਾ ਮੇਰੇ ਮਿੱਤਰੋ ਸੀਤ ਲਾ ਗਿਆ ਹੈ। ਲੈ ਵੀ ਅੰਮ੍ਰਿਤ, ਗੁਰੂ ਗੁਰੂ ਹੁੰਦਾ, ਚੇਲਾ ਚੇਲਾ ਹੁੰਦਾ ਹੈ, ਉਹ ਟਰੱਕ ਟਰੱਕ ਤੇ ਠੋਲਾ ਠੋਲਾ ਹੁੰਦਾ ਹੈ, ਰੁਪਈਆ ਤੇ ਢੇਲਾ ਢੇਲਾ ਹੁੰਦਾ ਹੈ, ਬੱਕਰਾ ਬੱਕਰਾ ਤੇ ਲੇਲਾ ਲੇਲਾ ਹੁੰਦਾ ਹੈ, ਉਹ ਕਾਮਾ ਕਾਮਾ ਤੇ ਬੋਲਾ ਬੋਲਾ ਹੁੰਦਾ ਹੈ, ਸਿੰਘ ਤੇ ਮੇਲਾ ਮੇਲਾ ਹੁੰਦਾ ਹੈ। ਮੈਦਾਨ ਦੇ ਵਿੱਚ ਅੱਜ ਫੈਸਲੇ ਹੋ ਰਹੇ ਹੈ, ਜਿੱਤਣਾ ਕਿਹਨੇ ਹੈ, ਸਮੇਂ ਦੀਆਂ ਬਾਤਾਂ ਦੁਨੀਆਂ ਨੇ ਅੰਦਾਜ਼ੇ ਲਾ ਰਹੇ ਹੈ। ਜਿਹੜੇ ਹਰਕੇ ਜਾਂਦੇ ਆ ਗੱਡੀਆਂ ਤੇ ਕੈਮਰੇ, ਉਹਨਾਂ ਦੇ ਵੀ ਘੁੱਕ ਰਹੇ ਹੈ ਕਿ ਅੱਜ ਖੱਬਾ ਫਿੱਟ ਹੈ, ਕੋਈ ਆਖਦਾ ਅੰਮ੍ਰਿਤ ਫਿੱਟ ਹੈ, ਗੱਲ ਕਿਉਂ ਜੀ ਹੁੰਦੀ ਹੈ। ਜਾਦੂ ਖੇਡ ਮੈਦਾਨ ਦੇ ਵਿੱਚ ਉਧਰ ਰੁਪਈਏ ਆ ਰਹੇ ਗੱਭਰੂ, ਜਿੰਨੇ ਧੱਪੇ ਧਰਤੀ ਦੇ ਨੰਗੇ ਚਿੱਟੇ ਪਾਉਣਗੇ ਬਾਲਾਂ ਮਾਰ ਕੇ। ਭਾਈ ਗੁਰਦੀਪ ਜੀ ਕਹਿੰਦੇ ਆਪਾਂ ਓਨੇ ਪੰਜ ਰੁਪਏ ਦੇ ਵੱਡੇ ਮਾਣ ਤੇ ਸਨਮਾਨ ਕਰਨੇ ਆ, ਜਿੰਨੇ ਟੱਪੋ ਤੇ ਓਨੇ ਪੰਜ ਸੌ ਮੇਰੇ ਮਿੱਤਰੋ, ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਜਿੰਦ ਜਾਨ ਤੇਰੇ ਤੋਂ ਮਾਰਾਂਗੇ। ਤਗੜੀਆਂ ਕਹਿੰਦੇ ਖੇਡ ਦੇ ਮੈਦਾਨ ਵਿੱਚ ਜਿੱਥੇ ਪਾਲਾ ਉੱਥੇ ਵੱਡੇ ਮਾਣ ਤੇ ਸਨਮਾਨ, ਪਰ ਔਖੇ ਰੋਕਣੇ ਖਿਡਾਰੀ, ਔਖੇ ਰੋਕਣੇ ਤੂਫਾਨ ਮੀਂਹ ਹਨੇਰੀਆਂ, ਔਖੇ ਰੋਕਣੇ ਖਿਡਾਰੀ ਅੱਗ ਵਰਗੇ, ਹੋਦਾ ਕੀ ਨੀ ਦੱਸਦੇ ਰਸ਼ੀਨ ਵਾਲਿਆ, ਬੰਦਾ ਚਾਹੇ ਤਾਂ ਹਲਾ ਕੇ ਜਗ ਧਰਦੇ, ਹੁੰਦਾ ਕੀ ਨੀ ਰਸ਼ੀਨ ਵਾਲਿਆ, ਬੰਦਾ ਚਾਹੇ ਤਾਂ ਹਲਾ ਕੇ ਜਗ ਧਰਦੇ। ਅੱਜ ਗੁਰਦੇਵ ਲੱਗ ਰਿਹਾ ਮੇਲਾ ਵੱਡਾ ਹੈ, ਲੋਕ ਖੇਡ ਮੈਦਾਨ ਦੇ ਵਿੱਚ ਪ੍ਰਵੀਨ ਵੀ ਬੈਠਾ ਹੈ, ਕਨੇਡਾ ਦੇ ਵਿੱਚ ਮੈਚਾਂ ਦਾ ਆਨੰਦ ਮਾਣਦਾ, ਸਾਰੇ ਮਿੱਤਰ ਮੰਡਲੀ ਬੈਠੀ ਹੋਈ ਹੈ। ਨੰਬਰ ਖਣਾਲ ਦੀ ਟੀਮ ਦੇ ਖਾਤੇ ਹੈ, ਉਹ ਨੰਬਰ ਪ੍ਰਣਾਲੀ ਵਾਲੇ ਨੇ ਜੋੜਿਆ ਆਪਣੇ ਚੁਣੇ ਵਾਲੇ ਪੰਜ ਨੰਬਰ ਦੀ ਜਰਸੀ ਦੇ ਵਿੱਚ, ਨੰਬਰ ਜੋੜਿਆ 15 2 2 ਸਰ ਕਹਿੰਦੇ 13 ਨੰਬਰਾਂ ਦੇ ਇੱਕ ਵੱਡੇ ਲੀਡ ਹੈ, ਮੁਕਾਬਲਾ ਇੱਕ ਵੱਡਾ ਫਰਕ ਪੈ ਚੁੱਕੀ ਹੈ। ਪਰ ਕੁਝ ਵੀ ਹੋ ਸਕਦਾ, ਬਾਲ ਗੋਲ ਹੈ, ਕੁਝ ਵੀ ਹੋ ਸਕਦਾ, ਗੇਮ ਦਾ ਕੁਝ ਨਹੀਂ ਪਤਾ।
ਹਰ ਇੱਕ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਤੇ ਮਿੰਟੂ ਰੋਡਿਆਂ ਵਾਲਾ ਨਹੀਂ ਮੈਨੂੰ ਕੈਮਰੇ ਕੋਲੋਂ ਨਜ਼ਰ ਆਉਂਦਾ ਹੈ ਮਿੰਟੂ ਕਿਹੜੀ ਕਿੱਧਰ ਨੂੰ ਲੰਘ ਗਿਆ ਲੋ ਮੈਚ ਕਹਿੰਦੇ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ ਆ ਜਾ ਵੀ ਰੋਡਿਆਂ ਵਾਲਾ ਤੇਰਾ ਵੀ ਇੰਤਜ਼ਾਰ ਹੈ ਹੱਥੀਆਂ ਉਡੀਕਦੀਆਂ ਦਿਲ ਵਾਜਾਂ ਮਾਰਦਾ ਹੈ ਆਏ ਮਿੰਟੂ ਰੋਡਿਆਂ ਦਾ ਤੈਨੂੰ ਦਿਲ ਇਹ ਪ੍ਰਕਾਰਦਾ ਹੈ ਮਿੰਟੂ ਰੋਡਿਆਂ ਵਾਲਾ ਵੀ ਸਾਡਾ ਵੀਰ ਹੈਂਡ ਅੱਜ ਪੂਰਾ ਫਿੱਟ ਹੋਇਆ ਫਿਰਦਾ ਹੈ ਲੋ ਮੈਚ ਫਿਰ ਇੱਕ ਵਾਟਰ ਬ੍ਰੇਕ ਤੋਂ ਬਾਅਦ ਸ਼ੁਰੂ ਹੋ ਚੁੱਕਿਆ ਤੇ ਇਧਰ ਉੱਪਰਾਂ ਦਾ ਪੱਤਰ ਤਿਆਰ ਦਰ ਤਿਆਰ ਇੱਕ ਵੱਡੀ ਲੀਡ ਬਣਾ ਲਈ ਹੈ ਨਾਗਰੇ ਵਾਲਾ ਰਮਨ ਵੀ ਮੈਚਾਂ ਦਾ ਆਨੰਦ ਮਾਣਦਾ ਹੈ ਸਾਰੀ ਜ਼ਿੰਦਗੀ ਦੇ ਪਿਆਰੇ ਵੀਰਾਂ ਦਾ ਧੰਨਵਾਦ ਕਰਾਂਗੇ ਕਦੇ ਖੇੜੀ ਦਾ ਪੀਤਾ ਜਲਾਲ ਦੀ ਵਾਲ ਦਾ ਜੱਗਾ ਤੇ ਨਾਗਰੇ ਦਾ ਪਿਰਥੀ ਕਮਾਈਆਂ ਰਹਿੰਦੀਆਂ ਤੇ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਸਦਾ ਨੀ ਉਹ ਬੰਦਿਆਂ ਚੜਾਈਆਂ ਰਹਿੰਦੀਆਂ ਉਧਰ ਗੁਰਦੇਵ ਕਹਿੰਦਾ ਵੀ ਹਰ ਇੱਕ ਟੱਪੇ ਦਾ 500,000 ਮੈਚ ਬਹੁਤ ਤਕੜਾ ਹੈ ਗੁਰਦੇਵ ਵੀ ਪੂਰਾ ਖੁਸ਼ ਹੈ ਥੋੜਾ ਥੋੜਾ ਸੁਨਾ ਜ਼ਰੂਰ ਚਾਹੀਦਾ ਕੋਈ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਚੜ੍ਹਦੀ ਚੁਰਾਨੀ ਵਿੱਚ ਅੱਖ ਮਸਤਾਨੀ ਵਿੱਚ ਕਿਸੇ ਨਾਲ ਫਸਣਾ ਜ਼ਰੂਰ ਚਾਹੀਦਾ ਲੋ ਮੁਕਾਬਲਾ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ ਦੁਨੀਆਂ ਦੇ ਵੱਡੇ ਖਿਡਾਰੀ ਪੁੱਜੇ ਹੋਏ ਹੈ ਵੱਡੇ ਬਣ ਤੇ ਸਨਮਾਨ ਸਾਡਾ ਵੀਰ ਉਧਰ ਲੱਕੀ ਸਾਡਾ ਵੀਰ ਮਹਿਸੀ ਪ੍ਰਣਾਲੀ ਵਾਲਾ ਉਹ ਵੀ ਚਾਂਗਲੀ ਵਾਲਾ ਇਹਨਾਂ ਬੱਚਿਆਂ ਦਾ ਆਨੰਦ ਮਾਣਦਾ ਹੈ ਜਿੰਨੀਆਂ ਵੀ ਸਿੰਗਲ ਹੱਥ ਨਾਲ ਸਮੈਸ਼ਾ ਮਾਰੇਗਾ ਖੱਤਾ ਉਹਨੇ ਵੱਡੇ ਮਾਰ ਕੇ 400 ਦੀ ਕੱਟ ਲੱਗਿਆ ਤਗੜਾ ਤਗੜੀ ਕਰ ਰਿਹਾ ਹੈ ਪਰ ਦੇਖੋ ਨੰਬਰ ਦਾ ਪਾਦਾ ਦੱਸਿਆ ਤੂੰ ਨਹੀਂ ਕੀਤਾ ਦੱਸਿਆ ਮਾਰ ਦੇਖਦੇ ਬਾਈ ਜੀਤ ਢਿੱਲੋਂ ਦੁਨੀਆਂ ਦਾ ਇੰਤਜ਼ਾਰ ਹੈ ਦੇਖਦੇ ਆ ਕਿਹੜਾ ਜਾਂਦਾ ਬਾਈ ਆ ਕੇ ਪੁੱਛੀ ਬੈਸਟ ਨੂੰ 2100 ਅਗਰੇ ਬੈਸਟ ਡਿਫੈਂਸਰ ਆ ਬੜੀਆ ਤੋਪ ਬੜੀ ਕਾਲੀ ਟੀ-ਸ਼ਰਟ ਦੇ ਵਿੱਚ ਪਰ ਨੰਬਰ ਨਹੀਂ ਜੋੜਿਆ ਤੋਪ ਨੇ ਹਾਲੇ ਤੱਕ ਸੈਂਟਰ ਦੇ ਉੱਤੇ ਚੌਂਟੀ ਫੇਰ ਆ ਗਿਆ ਉਧਰ ਗੁਰਦੀਪ ਸਦਾ ਵੀਰ ਕਹਿੰਦਾ ਵੀ ਜਿੰਨੇ ਨੰਬਰ ਯੋਟੀ ਜੋੜੋ ਹਰ ਇੱਕ ਟੱਪੇ ਦਾ 500 ਹਰਦੀਪ ਕਲੱਬ ਦੇ ਖਿਡਾਰੀ ਜਿੰਨੇ ਨੰਬਰ ਲੈਣਗੇ ਜਿਹੜਾ ਵੀ ਖਿਡਾਰੀ ਮਰਜ਼ੀ ਨੰਬਰ ਜੋੜਦੇ ਤੇ ਹਰ ਇੱਕ ਟੱਪੇ ਦਾ 500 ਦਿੱਤਾ ਜਾਣਾ ਹੈ ਲੋ ਨੋਟਾਂ ਤੋਂ ਮਹਿੰਗੀ ਜਿੰਦ ਯਾਨ ਕੁੜੇ ਤੇਰੇ ਤੋਂ ਬਾਰਾਂਗੇ ਉਧਰ ਤਲਵੰਡੀ ਦਾ ਜੀਤ ਵੀ ਕਹਿੰਦੇ ਐਨ ਗੋਡੇ ਲਈ ਬੈਠਾ ਕਮੈਂਟ ਕਰਦਾ ਵੀ ਅਜੇ ਠੋਲੀ ਵਾਲੀ ਆ ਵੇਸਟ ਲਈ ਵੱਧ ਰਿਹਾ ਉਹ ਨਾ ਨੀ ਕਹਿੰਦਾ ਤਲਵੰਡੀ ਵਾਲਾ ਜੀਤ ਕਹਿੰਦਾ ਮੈਟੂ ਬਚੀ ਬਚੀ ਜਿੰਦੜੀ ਜੱਟਾਂ ਤੋਂ ਇਹ ਲੜਦੇ ਖਾਲਿਆ ਬੱਟਾਂ ਤੋਂ ਇਹ ਬੜੇ ਬਤੰਦਰ ਭੈੜੇ ਨੇ ਰਾਤਾਂ ਨੂੰ ਧੁੱਪਾਂ ਸੇਕਦੇ ਤੇ ਦਿਨੇ ਦਿਖਾਉਂਦੇ ਤਾਰੇ ਨੇ ਚਾਰ ਹੋ ਗਏ ਜੱਗੀ ਧੁੱਪਾਂ ਸੇਕਦੇ ਤੇ ਜੱਗੀ 4 15 ਇਹ ਬਾਲੇ ਵਾਲ ਖੇਡਣ ਵਾਲੇ 3 15 ਵਾਤੀ ਵਾਲੀ ਵਾਲ ਖੇਡਣ 3 16 ਵੀਰੇ 3 16 ਆ ਜਿੰਨਾ ਵੀਰਾਂ ਨੂੰ ਲੱਗਿਆ ਇਸ ਤਰ੍ਹਾਂ 3 16 ਟਿੱਕੀਆਂ ਦੀ ਗੇਮ ਫੋਰੇ ਮੈਦਾਨ ਵਿੱਚ ਤੇ ਹੁਣ ਦੇਖਾਂਗੇ ਨੰਬਰ ਦਾ ਵਾਧਾ ਕੌਣ ਕੌਣ ਕਰੇਗਾ ਮੇਰੇ ਮਿੱਤਰੋ ਤੇ ਹੁੰਦੀ ਨਹੀਂ ਉਹ ਚੜਤ ਨਸ਼ੇੜੀ ਬਣ ਕੇ ਉਹ ਤਾਂ ਖਿਗਰੇ ਪਹਾੜ ਜੋ ਬਣਾਉਣੇ ਪੈਂਦੇ ਨੇ ਉਹ ਕੰਮ ਕਿਸਮਤ ਭਲਾ ਕਿਵੇਂ ਰਾਹ ਰੋਕ ਲੋ ਸਰੀਰ ਉੱਤੇ ਕਸ਼ਟ ਹਟਾਉਣੇ ਪੈਂਦੇ ਨੇ ਤੇ ਪੀਣਾ ਬੁਲਾ ਇਹਦਾ ਸੋਹਣੇ ਸੱਜਣ ਘਰ ਆਉਂਦੋ ਇਹ ਤਾਂ ਕਰ ਕਰ ਮਿਣਤਾਂ ਲਿਆਉਣੇ ਪੈਂਦੇ ਨੇ ਤੇ ਸਰੀਰ ਨੂੰ ਮੈਂ ਟੂਰਨਾਮੈਂਟ ਲਾਉਣ ਜਾਣਾ ਕੁਈਆਂ ਸਰਵਰ ਘੱਟੀ ਵਰਦੀ ਵੀ ਬਣ ਕੇ 10 ਮਿੰਟ ਲਾ ਲਾ ਜਾ ਕੇ ਦੇਖ ਸੈਂਟ ਕਰ ਲਾ ਬਸ ਕਰਾਉਣੇ ਪੈਂਦੇ ਨੇ ਮਿਹਨਤਾਂ ਨਾਲ ਚਰਚੇ ਕਰਾਉਣੇ ਪੈਂਦੇ ਨੇ ਹਾਂਜੀ ਹਾਂਜੀ ਫਾਈਨਲ ਵੀਰੇ ਤਾਰੇ ਆ ਜਿਹਨੇ ਸੜਿਆਂ ਦੇ ਘਰੇ ਨਿਆਜ਼ਾ ਪੈਂਦਾ ਦਾੜ ਦਾੜ ਹੋ ਰਹੀ ਆ ਖੇਲੀ ਵਾਲੀਆ ਪੂਰਾ ਛੱਟ ਜਿਲੇ ਬਰਨਾਲੇ ਦੇ ਕਹਿੰਦੇ 133 ਕ ਪੈਂਦਾ 3 ਕ ਹਲਕੇ ਪੈਂਦੇ ਆ ਤੇ ਆ ਮੁੰਡੇ ਦਾ ਮਹਿਲ ਕਲਾ ਜਾਂ ਬਰਨਾਲੇ ਹਲਕੇ ਦੇ ਵਿੱਚ ਪਿੰਡਾਂ ਦਾ ਹੋਣਾ ਹੈ ਲੋ ਮੁਕਾਬਲਾ ਬਹੁਤ ਤਕੜਾ ਹੈ ਇਧਰ ਹਰਦੀਪ ਦਾ ਜੇ ਵੱਡਾ ਦਿਲ ਹੈ ਗੁਰਦੀਪ ਦਾ ਵੱਡਾ ਦਿਲ ਹੈ ਕਹਿੰਦਾ ਨਣੇ ਵਾਲੀਆ ਲਾ ਦੇ ਨੋਟ ਖੁੱਲੇ ਪਤਾ ਲੱਗੇ ਵੀ ਮੇਲਾ ਭਾਗ ਤੁਰਦਾ ਮੇਲਾ ਮਾਸੀ ਵਾੜੇ ਦੇ ਰੇਦ ਇਸ ਇਲਾਕੇ ਨੇ
ਦੁਨੀਆ ਦੇ ਵੱਡੇ ਖਿਡਾਰੀ ਪੈਦਾ ਕੀਤੇ ਹੈ। ਉਧਰ ਰਾਸਰ ਪਿੰਡ ਕਹਿੰਦਾ ਸਾਡੂ ਦਾ ਪਿੰਡ ਹੈ, ਲੈ ਐਨ ਗੱਲਾਂ ਟਿਕਾਣੇ ਹੈ, ਰਿਸ਼ਤੇਦਾਰੀਆਂ ਵੱਡੀਆਂ ਦੱਸਿਆ, ਮਾਣ ਰੱਖਣਾ ਪੈਣਾ, ਮਾਣ ਰੱਖਣਾ ਪੈਣਾ। ਲੈ ਸੱਤੇ ਨੂੰ ਵੀ ਦੁਨੀਆ ਤੂਫਾਨ ਕਹਿੰਦੀ ਹੈ, ਪਰ ਯੋਗੀ ਤੇਰੀ ਦੁਨੀਆ ਦਵਾਨੀ ਅੱਖ ਮਸਤਾਨੀ ਹੈ, ਹਲੇ ਨੰਬਰ ਨਹੀਂ ਜੋੜਿਆ। ਜਿਹੜੀ ਲੋਕਾਂ ਨੂੰ ਮੀਤ ਸੀ, ਲੋਕਾਂ ਨੂੰ ਆਸ ਸੀ ਵੀ ਮੈਚ ਕਾਹਦਾ ਇੱਕ ਬੰਬ ਲੱਗਣਾ ਹੈ, ਪਰ ਇੱਕ ਬਰਸਾ ਰਿਹਾ ਮੈਚ ਹੋ ਗਿਆ। ਹਲੇ ਵੀ ਟੀਮ ਵਾਪਸੀ ਕਰ ਸਕਦੀ ਹੈ, ਲੋਕਾਂ ਨੂੰ ਇੰਤਜ਼ਾਰ ਹੈ, ਲੋਕਾਂ ਨੂੰ ਇੰਤਜ਼ਾਰ ਹੈ। ਇੰਤਜ਼ਾਰ ਦੀਆਂ ਘੜੀਆਂ ਹਲੇ ਚੱਲ ਰਹੀਆਂ। ਇਧਰ ਭਾਗਟਰੀਆ ਵੀ ਗੇੜੇ ਬੰਨੀ ਫਿਰਦਾ ਹੈ, ਜੀ ਇਹਦਾ ਵੀ ਨਹੀਂ ਲੱਗਦਾ, ਪਰ ਮੁਕਾਬਲਾ ਬਹੁਤ ਤਕੜਾ ਹੈ। ਪਰ ਨੰਬਰ ਸੱਤੇ ਨੇ ਜੋੜ ਦਿੱਤਾ, ਵੇਖੋ ਭਾਗਟਰੀਆ ਮੇਲਾ ਅੱਤ ਹੋ ਗਿਆ, ਹੈਨ ਸਰੇ ਦਾ ਮੇਲਾ, ਦੁਨੀਆਂ ਦੇ ਵੱਡੇ ਖਿਡਾਰੀ, ਹੁਣ ਗੱਲਾਂ ਬੇਸਟਾਂ ਦੀਆਂ ਹੋਣਗੀਆਂ। ਫਿਰ ਨਾਮ ਬੰਦ ਤੇ ਫਿਰ ਸਮਾਪਤੀ, ਕੱਲ ਨੂੰ ਫਿਰ ਇਸੇ ਖੇਡ ਮੈਦਾਨ ਦੀਆਂ ਗੱਲਾਂ ਹੋਣਗੀਆਂ। ਅੱਜ ਦੁਨੀਆਂ ਵੱਡੀ ਗਿਣਤੀ ਦੇ ਵਿੱਚ ਜੁੜੀ ਹੋਈ ਹੈ, ਸਾਰੀ ਸੰਗਤ ਦਾ ਵੱਡਾ ਧੰਨਵਾਦ ਹੈ। ਲੋ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ ਦੁਨੀਆਂ ਦੇ ਵੱਡੇ ਮੱਲ ਭਿੜ ਰਹੇ ਹੈ। ਲਈ ਰੈਸਰੀ ਦੱਸਿਆ ਹੋਰ ਕੋਈ ਨੰਬਰ, ਜ਼ਿਲ੍ਹੇ ਬਰਨਾਲੇ ਦਾ ਵੱਡਾ ਮਾਣ ਹੈ, ਜ਼ਿਲ੍ਹੇ ਬਰਨਾਲੇ ਨੇ ਵੱਡੇ ਖਿਡਾਰੀ ਪੈਦਾ ਕੀਤੇ, ਤਲਵੰਡੀ ਦੇ ਜੀਤ ਵਰਗੇ ਦੁਨੀਆਂ ਦੇ ਵੱਡੇ ਖਿਡਾਰੀਆਂ ਨੂੰ ਜਨਮ ਦਿੱਤਾ ਹੈ ਜ਼ਿਲ੍ਹੇ ਬਰਨਾਲੇ ਦੀ ਧਰਤੀ। ਲੈ ਦੋ ਸਟਾਰ ਜ਼ਿਲ੍ਹੇ ਬਰਨਾਲੇ ਦੇ ਠੁੱਲੀ ਵਾਲੀਆ ਸਨੀ ਤੇ ਯੱਸਾ ਰਾਇਸਰ ਅਜੈਨ ਅਮਰ ਸਾਹਮਣੇ ਖੇਡ ਰਹੇ ਹੈ। ਲੈ ਸੱਤਾ ਦੁਨੀਆਂ ਦਾ ਤੂਫਾਨ, ਪਰ ਠੋਲੀ ਵਾਲੀ ਦੀ ਚਰਚਾ ਬੜੀ ਹੈ, ਜਿਹੜੀ ਹਰਿਆਣੇ ਵਾਲਾ ਦੂਰੀ ਬੜੀ ਤੈਅ ਕੀਤੀ ਹੈ ਤੇ ਆਇਆ ਕਿਸੇ ਗੱਲ ਕਰਕੇ ਆਇਆ, ਪਰ ਅੱਜ ਉਹ ਚੀਜ਼ ਨਹੀਂ ਦਿਖਾਈ ਜਿਹੜੀ ਚੀਜ਼ ਲਈ ਤੂੰ ਜਾਣਿਆ ਜਾਂਦਾ। ਨਿਲ ਦਾ ਵੀ ਸਿੱਕਾ ਨਵੀਂ ਸੱਤਿਆ, ਤੂੰ ਟੱਪਾ ਪਵਾਉਣਾ। ਹਰਦੀਪ ਕਹਿੰਦਾ ਤੇਰੇ ਲਈ ਵੀ 500 ਹੋਣਾ, ਜੇ ਸੱਤਾ ਟੱਪਾ ਪਵਾ ਦੇ 500 ਸੱਤੇ ਲਈ ਵੀ ਦੇਵਾਂਗੇ, ਸਣੀ ਟੱਪਾ ਪਵਾਉਂਦਾ ਸਣੀ ਲਈ ਵੀ 500 ਹੋਣਾ, ਜਿਹੜਾ ਵੀ ਖਿਡਾਰੀ ਟੱਪਾ ਪਵਾ ਦੇ ਚਾਹੇ ਖੱਬਾ ਪਵਾ ਦੇ। ਗੱਲ ਪੈਸਿਆਂ ਦੀ ਹੈ, ਪਰ ਬਾਲ ਆਊਟ ਹੈ, ਕਬਾਲ ਜਿਹੜੀ ਆਊਟ ਹੈ ਕਿ ਜੱਗ ਚੁੱਕਣਾ ਚੱਟੇ ਦੇ ਤਪੱਸਿਆ, ਉਹ ਚੁੱਟਦਾ ਉਹ ਸਮੇਂ ਦੇ ਹਾਣ ਦਾ ਏ ਵੱਡੇ ਮਾਣ ਤੇ ਸਨਮਾਨ। ਕਹਿੰਦਾ ਬਾਈ ਗੁਰਦੀਪ ਤੇ ਬਾਈ ਹਰਦੀਪ ਨੇ ਆਪਾਂ ਪੁਸਤੀਆਂ ਦੇ ਵੱਡੇ ਟੂਰਨਾਮੈਂਟ ਤੇ ਪਾਲ ਵੇਤਰਾਂ ਦੇ ਨਾਲ ਕਰਨੇ ਹੈ। 18-3 ਇੱਕ ਵੱਡਾ ਫਰਕ ਹੈ, ਇੱਕ ਵੱਡਾ 15 ਨੰਬਰਾਂ ਦਾ ਫਰਕ ਹੈ। ਇੱਧਰ ਡੀਸੀ ਬੋਲ ਕੇ ਬਾਲੋ ਨੇ ਕੋਈ ਨੁਕਤਾ ਸਾਂਝਾ ਕੀਤਾ, ਲੈ ਸੱਤਾ ਖੇਡ ਮੈਦਾਨ ਦੇ ਵਿੱਚ ਲਵੇ ਪ੍ਰੈਸ ਨੁਕਤਾ ਤੋਂ ਵੀ ਸਾਂਝਾ ਕਰਦੇ, ਨੁਕਤੇ ਬੜੇ ਸਾਂਝੇ ਕਰਦਾ ਹੈ। ਲੋ ਖੇਡ ਮੈਦਾਨ ਦੇ ਵਿੱਚ ਜਾਦੂ ਮਾਰਦੇ ਮੈਚ ਕਰਵਾਈਏ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਰਹਿ ਕੁੜ ਦੇ ਦਾ ਖਿਡਾਰੀ ਉਹ ਪੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੁਣ ਖੇਡ ਸਕਦੇ ਆ ਸਾਰੇ ਪਲੇਅਰ ਬਾਈ ਹੁਣ ਹੈਪੀ ਇਤਿਹਾਸ ਕਰੀ ਹੈ ਪ੍ਰਾਈ ਬੰਦਾ ਸਾਰੇ ਸਾਰੀਆਂ ਟੀਮਾਂ ਹੀ ਖੇਡ ਸਕਦੀਆਂ ਬਾਈ ਟੂਰਨਾਮੈਂਟ ਵਧੀਆ ਤਕੜਾ ਬਾਈ ਜਾਂ ਮਰੋ ਵਾਲੀ ਗੱਲ ਕਰਨੀ ਪੈਣੀ ਹੈ ਕਰੋ ਜਾਂ ਮਰੋ ਵਾਲੀ ਗੱਲ ਕਰਨੀ ਪੈਣੀ ਹੈ ਜੱਸਾ ਤੇ ਅਨੈਲਾ ਵੀਰੇ ਜੱਸਾ ਤੇ ਅਨੈਲਾ ਹਾਂ ਜਾਂ ਤੋਂ ਮੰਡੇ ਦਾ ਦੇਖਣ ਯੋਗ ਹੈ ਪਰ ਖਣਾਲ ਦੀ ਟੀਮ ਇੱਕ ਵੱਡੀ ਟੀਮ ਹੈ ਗੁਰਿੰਦਰ ਗਿੱਲ ਗੁਰੀ ਕੱਟੂ ਵਧੀਆ ਬਾਈ ਜੀ ਟੀਮ ਦੇ ਪੰਜਾਬ ਦੇ ਨੇਕੇ ਕੱਪ ਮੈਂ ਇਸ ਤੋਂ ਬਾਅਦ ਬੁਲਾ ਲਾਂਗੇ ਵੀਰੇ ਬੱਬੀ ਮੈਂ ਇਸ ਤੋਂ ਬਾਅਦ ਹੁਣੇ ਵੀਰੇ ਕੀ ਕਰੇ ਜਿਹੜੀ ਵਿਚਾਰੀ ਠੰਡਾ ਪਾਣੀ ਪੀ ਮਰੇ ਕੱਲਾ ਮਿਲ ਵੀ ਕੀ ਕਰੇ। ਲਓ ਗੱਲ ਉਹ ਬਣ ਗਈ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੀ ਹੈ। ਇੱਕ ਹੋਰ ਮੇਰੇ ਖਿਆਲ ਦੇ ਵਿੱਚ ਨੰਬਰ ਦਾ ਵਾਧਾ ਹੋ ਚੁੱਕਿਆ ਹੈ, ਕਹਿੰਦੇ 19 ਨੰਬਰ ਹੋ ਗਏ ਕੀ ਬਹੁਤ ਤਕੜਾ ਮੈਚ। ਲੋ ਨਿਲ ਖੇਡ ਮੈਦਾਨ ਦੇ ਵਿੱਚ ਓਵਰ 3 ਤੇ ਉਧਰਲੇ ਪਾਸੇ 19 ਮੇਰੇ ਮਿੱਤਰ ਫਰਕ ਪੜਾ ਪਾ ਚੁੱਕੇ ਖੇਡ ਦੇ ਮੈਦਾਨ ਵਿੱਚ। ਲੈ ਵੀ ਜੱਸਿਆ ਸਾਥ ਦੇਣਾ ਪੈਣਾ, ਨਿਲ ਦਾ ਕਹਿ ਦੇ ਚੌਂਟੀ ਨੂੰ
ਘਰਲਾ ਮੇਲਾ ਜਾਂ ਫਿਰ ਕਹਿੰਦੇ ਨਿੱਟ ਤੇ ਜਿਹੜਾ ਅੰਮ੍ਰਿਤ ਖੇਡਦਾ ਵੀ ਕੁਝ ਨਾ ਕੁਝ ਕਰਕੇ ਦਿਖਾਉਣਾ ਪੈਣਾ ਹੈ। ਸਤਨਾਮ ਵੀਰ ਮਿੱਤਰ ਫੜੀ ਤੇ ਗੁਰਵਿੰਦਰ ਨਾਲ ਪਿੱਕੀ ਹੈ, ਗੁਰਦੀਪ ਤੇ ਜਗੀਰਾ ਵੀਰ ਮਿੱਤਰ ਪੂਰੇ ਫਿੱਟ ਹੋ ਕੇ ਫਿਰਦੇ ਹੈ। ਤੁਲਸੀਏ ਨੇ ਪਹਿਲਾਂ ਟੱਪਾ ਪਾਇਆ ਹੈ, ਐਨੇ ਕਹਿੰਦੇ ਅਨਿਲਵੇ ਹੱਥਾਂ ਤੇ ਉਦਾਰ ਮਾਰੀ ਹੈ, ਪਰ ਹੁਣ ਦੇਖਾਂਗੇ ਨੰਬਰ ਦਾ ਵਾਧਾ ਕੌਣ ਕਰੇਗਾ ਖੇਡ ਦੇ ਮੈਦਾਨ ਵਿੱਚ। ਦੋਵੇਂ ਟੀਮਾਂ ਦਾ ਲੱਗਿਆ ਜੋੜ ਕੇ ਜਿੱਤਣਾ ਕਿਸੇ ਇੱਕ ਟੀਮ ਨੇ ਹੈ, ਪੀਛਣਾ ਦੋ ਨੇ, ਕਿਹੜੀ ਟੀਮ ਪਹਿਲੇ ਨੰਬਰ ਤੇ ਰਹਿੰਦੀ ਹੈ ਤੇ ਕਿਹੜੀ ਟੀਮ ਸੈਕਿੰਡ ਰਹੇਗੀ। ਥੋੜੇ ਸਮੇਂ ਦੇ ਬਾਅਦ ਇਹਦਾ ਬਾਅਦ ਹੈ ਸਰਵੇ ਚੇਂਜ, ਜਦੋਂ ਚੇਂਜ ਹੈ 19-3 ਲਈ ਜੋਟੀ ਕਹਾਣੀ ਸਮਝੋ ਵਾਰ ਹੋਈ ਲੱਗਦੀ ਹੈ। ਬਹੁਤ ਤਕੜਾ ਮੈਚ, ਜੇਕਰ ਸੱਤਾ ਟੱਪਾ ਪਾ ਦੇਵੇ ਫਿਰ ਵੀ ਆਪਾਂ ਸੱਤੇ ਦਾ ਵੀ ਮਾਣ ਤੇ ਸਨਮਾਨ 500 ਦੇ ਨਾਲ ਕਰ ਦੇਣਾ, ਤੇ ਜਿੰਨੇ ਵੀ ਬਈਏ ਵਾਲੇ ਟੱਪੇ ਪਾਉਣਗੇ ਉਹਨੇ 500 ਰੁਪਏ ਦੇ ਮਾਣ ਤੇ ਸਨਮਾਨ ਬਈਏ ਵਾਲੇ ਦੇ ਹਰ ਇੱਕ ਪਲੇਅਰ ਦੇ ਲਈ ਜਿੰਨੇ ਟੱਪੇ ਪਾਉਣਗੇ। ਜੇਕਰ ਟੀਮ ਮੈਚ ਖੇਡਦੀ ਹੈ ਇਕੱਲੇ ਇਕੱਲੇ ਪਲੇਅਰ ਦਾ ਮਾਣ ਤੇ ਸਨਮਾਨ ਐਲਈਡੀਆਂ ਦੇ ਨਾਲ ਕੀਤਾ ਜਾਵੇਗਾ। ਲੈ ਲਈ ਚੌਂਟੀ ਫੜ ਤਿਆਰੀ, ਉਹ ਫੜ ਤਿਆਰੀ ਤੇਰੇ ਘਰ ਦਾ ਹੀ ਵੇਲਾ ਹੈ, ਪਾਲ ਮਾਰ ਕੋਈ ਤੇ ਨੰਬਰ ਦਾ ਵਾਧਾ ਜੇ ਕਰੇ ਨਾ ਇੱਥੋਂ ਮੈਚ ਪੱਟੇ ਦੇ ਸਵਾਦ ਹੀ ਫੇਰ ਆਉਣਾ ਹੈ। ਇੱਧਰ ਗੱਭਰੂ ਖਰਾਬ ਦੀ ਸੀ ਟੀਮ ਮੁੰਡੇ ਫਿੱਟ ਹੋਏ ਫਿਰਦੇ ਤੇ ਨਾਲ ਦੋ ਖਿਡਾਰੀ ਜਿਹੜੇ ਬਾਹਰ ਦੇ ਖੇਡ ਰਹੇ ਜਿਹੜੇ ਟੂਰਨਾਮੈਂਟ ਦੇ ਵਿੱਚ ਸਵਾਲਪੁਰੇ ਦਾ ਸੱਤਾ ਹੈ, ਸਾਡੀ ਮੇਰੇ ਮਿੱਤਰੋ ਖੁੱਲੀ ਵਾਲ ਪਿੰਡ ਦਾ, ਤੇ ਸਾਨੂੰ ਫਖਰ ਦੋਸਤਾਂ ਤੇ ਸਾਡੀ ਹੋਰ ਯਾਰੀ ਦੇ ਚਰਚੇ, ਰਾਜੇ ਖੇਲੇ ਸਾਰ ਅਗਲੀ ਸੱਚੇ ਯਾਰ ਨੀ ਜਾਂਦੇ ਪਰਖੇ, ਰਾਜੇ ਖੇਲੇ ਸਾਰ ਅਗਲੀ ਸੱਚੇ ਯਾਰ ਨੀ ਜਾਂਦੇ ਪਰਖੇ। ਹਜੇ ਯਾਰਾਂ ਦੀ ਪਰਖ ਹੈ, ਉਹ ਖੇਡ ਮੈਦਾਨ ਦੇ ਵਿੱਚ ਯਾਰਾਂ ਦਾ ਮੇਲਾ, ਤੰਦਰੁਸਤੀ ਦਾ ਮੇਲਾ, ਮੇਲਾ ਨਹੀਂ ਬਿਮਾਰਾਂ ਦਾ, ਮੇਲੇ ਵਰਗੇ ਵੇਖ ਮੇਲਿਆ, ਮੇਲਾ ਯਾਰਾਂ ਦਾ ਹੈ, ਅੱਜ ਯਾਰਾਂ ਦਾ ਮੇਲਾ ਹੈ, ਦਿਲਦਾਰਾਂ ਦਾ ਮੇਲਾ ਮੇਰੇ ਮਿੱਤਰੋ, ਆਪਾਂ ਦੇ ਭਰਾਵਾਂ ਦਾ ਹੀ ਮੇਲਾ ਆਖਾਂਗੇ। ਭਾਈ ਗੁਰਦੀਪ ਤੇ ਹਰਦੀਪ ਸਾਡਾ ਵੀਰ ਕਨੇਡਾ ਦੇ ਵਿੱਚ ਬੈਠਾ ਹੈ, ਐਨ ਕਹਿੰਦੇ ਪਾਣੀ ਵਾਂਗੂ ਪੈਸਾ ਦਾ ਆਇਆ ਵਾਲੀਬਾਲ ਖੇਡ ਦੇ ਉੱਤੋਂ ਵੀ ਵੱਡੇ ਮਾਣ ਜਿਹੜੇ ਪਲੇਅਰਾਂ ਦੇ ਜਿੱਤੇ ਹੈ। ਕੱਲ ਨੂੰ ਮੀਡੀਆ ਦੇ ਵਿੱਚ ਖੜਪਾਏ ਖੜਪਾਏ ਹੋਣੀਆਂ, ਪਟਾਕੇ ਕੱਲ ਨੂੰ ਵੀ ਪੈਣਗੇ, ਤੇ ਅੱਜ ਦੇਖੋ ਫਾਈਨਲ ਮੈਚ ਮੇਰੇ ਮਿੱਤਰੋ ਕੱਚੀ ਦਾ ਖੇਡਾ ਆ ਰਿਹਾ, ਤੇ ਦੇਖਾਂਗੇ ਨੰਬਰ ਦਾ ਵਾਧਾ ਕੌਣ ਕਰੇਗਾ। 19 ਤੋਂ ਵੱਧ ਕੇ 20 ਹੋਣਗੇ ਤੇ ਜਾਂ ਹੋਣਗੀਆਂ ਸਰਵਿਸ ਚੇਂਜ ਮੇਰੇ ਮਿੱਤਰੋ, ਗੱਲਾਂ ਦੋ ਜਾਂ ਨੋ, ਗੱਲਾਂ ਦੋ। ਲੋ ਖੇਡ ਮੈਦਾਨ ਦੇ ਵਿੱਚ ਨਿਲ, ਹੁਣ ਕਰੋ ਜਾਂ ਮਰੋ ਵਾਲੀ ਗੱਲ ਕਰਨੀ ਪੈਣੀ ਹੈ, ਕਿਉਂਕਿ ਪਾਣੀ ਸਿਰ ਤੋਂ ਲੰਘਿਆ, ਹੁਣ ਪਾਣੀ ਸਿਰ ਤੋਂ ਲੰਘਿਆ, ਕਰੋ ਜਾਂ ਮਰੋ ਖੱਬਿਆ। ਵਾਹ, ਇੱਧਰ ਟੀਮ ਪਈਏ ਵਾਲ ਹਰਦੀਪ ਕਲੱਬ ਦੀ ਹੈ, ਬੜਾ ਯਾਦਗਾਰ ਮੈਚ, ਖੇਡ ਮੈਦਾਨ ਦੇ ਵਿੱਚ ਫਾਈਨਲ ਮੈਚ ਹੈ। ਅੱਜ ਦੇ ਦਿਨ ਦਾ ਦੁਨੀਆ ਦੇ ਵੱਡੇ ਸਟਾਰ ਪੁੱਜੇ ਹੋਏ ਹੈ। 11:05 ਦਾ ਸਮਾਂ ਹੋ ਚੁੱਕਿਆ ਤੇ ਨੰਬਰ ਕਹਿੰਦੇ ਫਾਈਨਲ ਮੈਚ ਦੇ 2 ਬਾਕੀ ਹੈ, 11:05 ਦਾ ਸਮਾਂ ਹੋ ਚੁੱਕਿਆ ਹੈ। ਲਈ ਕੱਲ ਨੂੰ ਦਲਿਆਲਾ ਦੇਖਾਂਗੇ ਮੀਡੀਆ ਦਾ ਫਾਈਨਲ ਕਿੰਨੇ ਵਜੇ ਹੁੰਦਾ ਹੈ, ਅੱਜ 11:05 ਘੜੀ ਤੇ ਹੋ ਚੁੱਕੇ ਹੈ। ਹਲੇ 2 ਨੰਬਰ ਯੰਗ ਜਾਰੀ ਹੈ, ਹਲੇ ਯੰਗ ਜਿਹੜੀ ਜਾਰੀ ਹੈ, ਹਲੇ ਫੈਸਲਾ ਨਹੀਂ ਹੋਇਆ, ਫੈਸਲਾ ਹੋਣਾ ਤੇ ਕਿਸੇ ਗੱਲ ਦੇ ਨਾਲ ਹੀ ਫੈਸਲਾ ਹੋਣਾ ਹੈ। ਮੁਕਾਬਲਾ ਬੜਾ ਯਾਦ ਨਾਲ ਖੇਡਿਆ ਜਾ ਰਹੀ ਹੈ, ਮੁੰਡੇ ਨੂੰ ਕੋਈ ਗੇਪਰ ਕਹਿੰਦਾ। ਬਾਈ ਗੁਰਦੀਪ ਦੀ ਗੱਲ ਸੁਣੀ ਬੁੱਟੂ ਵੀਰੇ, ਕੱਲ ਤੋਂ 3 ਵਜਣੇ ਬਾਈ, ਕਹਿੰਦਾ ਗੁੱਡ ਮਾਰਨਿੰਗ ਹੋ ਜਾਣੀ ਉੱਥੋਂ ਦੀ ਤੁਹਾਡੀ ਜਾਨ, ਗੁੱਡ ਮਾਰਨਿੰਗ ਕਹਿੰਦੀ ਹੈ ਬਾਈ, ਕਹਿੰਦਾ ਆਪਾਂ ਕੱਲੀ ਕੱਲੀ ਕੱਲੇ ਕੱਲੇ ਪਲੇਅਰ ਦਾ ਮਾਣ ਤੇ ਸਨਮਾਨ ਕਰਨਾ, ਜੇਕਰ ਬਈਏਵਾਲ ਦੀ ਟੀਮ ਇੱਥੋਂ ਜਿੱਤੀ ਰਹਿੰਦੀ ਹੈ, ਪਹਾੜ ਹੁੰਦਾ ਕਿੰਨਾ ਚ ਜਨੂਨ, ਰਹਿ ਕੇ ਮੰਜ਼ਿਲਾਂ ਤੋਂ ਦੂਰ ਕਿੱਥੇ ਮਿਲਦਾ ਸਕੂਨ, ਬਣਾ ਕੇ ਤੁਸੀਂ ਆਪਾਂ ਜਿੱਤਾਂਗੇ, ਜਿੱਤਾਂਗੇ ਜ਼ਰੂਰ ਜਾਰੀ, ਜਿੱਤਾਂਗੇ ਜ਼ਰੂਰ ਜੰਗ ਜਾਰੀ। ਲਾਸਟ ਨੰਬਰ ਆ ਗਿਆ, ਲੰਮੀ ਸੀਟੀ ਮਾਰ ਮਿੱਤਰਾ, ਭੁੱਲ ਗਈ ਮੋੜ ਗੁਲਾਬੋ ਘਰ ਦਾ, ਲੰਮੀ ਸੀਟੀ ਮਾਰ ਮਿੱਤਰਾ,
ਪਰ ਸਰਵੇ ਚੇਂਜ ਹੋ ਚੁੱਕੀ ਆ ਇਹ ਵੀ ਜਾਗੋ ਇੱਧਰ ਕਿੰਨੇ ਨੰਬਰ ਹੈ ਜੈਦੀਪ ਢਿੱਲੋਂ ਵੈਲਕਮ ਵੀਰੇ ਜੈਦੀਪ ਢਿੱਲੋਂ ਲੋ 3-20 ਦਾ ਮੁਕਾਬਲਾ ਮੈਚ ਕਹਿੰਦੇ ਬਹੁਤ ਤਕੜਾ ਖੇਡ ਮੈਦਾਨ ਦੇ ਵਿੱਚ ਟੀਮਾਂ ਵੀ ਚੰਗੀਆਂ ਯੋਧਪੁਰੀਆ ਸਾਕ ਦੇ ਟੱਪਾ ਬੱਲੇ ਬੱਲੇ ਹੋਜੂ ਲੋ ਪਾਣੀ ਸਿਰ ਤੋਂ ਲੰਘ ਗਿਆ ਜਿਹੜੇ ਦਰਿਆਵਾਂ ਵਿੱਚ ਲਾਹ ਲੋਕ ਤਾਰੀਆਂ ਉਹ ਪਾਣੀ ਸਾਡੇ ਪੀਤੇ ਹੋਏ ਆ ਉਹ ਸਿਰ ਕੱਢ ਵੇ ਰਿਕਾਰਡ ਸਿਰ ਕੱਢ ਵੇ ਰਿਕਾਰਡ ਪੈਦਾ ਕਮਾਲ ਹੀ ਕਰ ਦਿੱਤੀ ਹੈ ਬਾਹ ਖੱਬਿਆ ਉੱਠ ਬਹੁਤ ਤਕੜਾ ਗੱਬਰੂਆ ਅੱਜ ਸੂਟਰ ਦੇ ਨਿੱਟ ਤੇ ਬਲ ਹੈ ਇਸ ਸਾਲੇ ਦੀ ਕਹਿੰਦੇ ਵੱਡੇ ਹੋਏ ਨੇ ਹਣੀ ਜਗਰਾਉਣ ਵਾਲੇ ਦਾ ਵੀ ਵੱਡਾ ਨਾ ਹੋਏ ਖੇਡਾਂ ਦੀ ਦੁਨੀਆਂ ਦੇ ਵਿੱਚ ਲੋ ਜੋਟੇ ਤੇਜ਼ੀ ਕਰ ਗਏ ਹੈ ਲਾਲਚ ਕਹਿੰਦੇ ਬੁਰੀ ਬਲਾ ਹੁੰਦੀ ਹੈ ਛੋਟੇ ਛੋਟੇ ਬੱਚੇ ਪਹਿਲੀ ਦੀਆਂ ਕਹਾਣੀਆਂ ਪੜ੍ਹਦੇ ਹੈ ਜਾਂ ਲਾਲਚ ਵੀ ਬੰਦੇ ਨੂੰ ਮਾਰ ਦਿੰਦਾ ਹੈ ਨੰਬਰ ਇੱਕ ਤੇ ਇੱਕ ਬਾਕੀ ਹੈ ਅੰਮ੍ਰਿਤ ਹਲੇ ਬਾਲ ਨੀ ਕੋਈ ਫੜੇ ਹਲੇ ਬਾਲ ਨੀ ਕੋਈ ਫੜੇ ਲੋ ਮੁਕਾਬਲਾ ਤਕੜਾ ਨੰਬਰ ਇੱਕ ਬਾਕੀ ਹੈ ਭਾਗ ਕਰਦਾ ਕੱਟ ਕਹਿੰਦੇ ਦੀ ਟੀਮ ਨੇ ਜਿੱਤਿਆ 3 ਸਾਲ ਉਧਰ ਹਰਦੀਪ ਵੀ ਬੈਠਾ ਮੈਚਾਂ ਦਾ ਆਨੰਦ ਮਾਣਦਾ ਹੈ ਤੇ ਯਾਦਾਂ ਪਿੰਡ ਦੀਆਂ ਆਉਂਦੀਆਂ ਲੋ ਖੇਡ ਮੈਦਾਨ ਦੇ ਵਿੱਚ ਮਿੱਟੀ ਦਾ ਮੋਹ ਮਿੱਟੀ ਦਾ ਪਿਆਰ ਹੈ ਤੇ ਸੱਤ ਸਮੁੰਦਰੋਂ ਪਾਰ ਰਹਿੰਦੇ ਆ ਪਰ ਆਹ ਜਿਹੜੀਆਂ ਯਾਦਾਂ ਹੈ ਨਾਲ ਰਹਿੰਦੀਆਂ ਹਰਦੀਪ ਕਲੱਬ ਬਈਏਵਾਲ ਥਰਡ ਫੋਰਥ ਮਰਦੈੜੀ ਤੇ ਕਨੇਠਾ ਇਹ ਆਪਣਾ ਜਿਹੜਾ ਰਿਜ਼ਲਟ ਬੈਸਟ ਦੱਸਦੇ ਆ ਵੀਰੇ ਖਣਾਲ ਦੀ ਟੀਮ ਜਿਹੜੇ ਫਸਟ ਤੇ ਸੈਕੰਡ ਜਿਹੜੇ ਟੀਮ ਬਈਏਵਾਲ ਦੇ ਖੜਾ ਜਿਹੜੇ ਬੈਸਟ ਦੱਸਦੇ ਆ ਵੀਰੇ ਕਰੋ ਵੇਟ ਦੋਨੋਂ ਟੀਮਾਂ ਵਧਾਈ ਦੀਆਂ ਪਾਤਰਾ ਟੀਮ ਜਿਹੜੀ ਖਨਾਲ ਸੂਰੀ ਫਸਟ ਰਹੀ ਹੈ ਤੇ ਸੈਕੰਡ ਜਿਹੜੀ ਬਈਏਵਾਲ ਰਹੀ ਹੈ ਹਰਦੀਪ ਕਲੱਬ ਬਈਏਵਾਲ ਸਾਰੇ ਵੀਰਾਂ ਦਾ ਧੰਨਵਾਦ ਜਿੰਨੀਆਂ ਵੀ ਟੀਮਾਂ ਖੇਡ ਕੇ ਉਹਨਾਂ ਦਾ ਬੈਸਟ ਦੱਸਦੇ ਆ ਵੀਰੇ ਦਰਸ਼ਕ ਵੀਰਾਂ ਦਾ ਵੱਡਾ ਧੰਨਵਾਦ ਭਟੂਰ ਸਪੋਰਟ ਲਾਈਟਾਂ ਵਾਲਾ ਦਾ ਧੰਨਵਾਦ ਸਾਡੇ ਵੀਰ ਸਹਾਰਨ ਵਾਲੇ ਵਾਲਿਆਂ ਦਾ ਜਿਹਨੇ ਸਾਡੇ ਕੰਮ ਵੀਰੇ ਨਾਲ ਮੈਚਾਂ ਨੂੰ ਚੱਕ ਰਹੇ ਅਲੱਗ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਬਈਏਵਾਲੀ ਦਾ ਵੀਰੇ ਟੀਮਾਂ ਨੂੰ ਸੱਦੇ ਦਿੱਤੇ ਆ ਲਾਈ ਵਾਲੇ ਭਰਾਵਾਂ ਦਾ ਵੀ ਧੰਨਵਾਦ ਉੱਥੇ ਸਾਊਂਡ ਵਾਲੇ ਸਾਡੇ ਵੀਰ ਤੋਤੀ ਦਾ ਵਿਸ਼ੇ ਤੌਰ ਤੇ ਧੰਨਵਾਦ ਕਰਾਂਗੇ ਜਿਹਨਾਂ ਦੇ ਵਧੀਆ ਬੋਲਾਂ ਦੀ ਸਾਂਝ ਪਈ ਹੈ ਤੇ ਹੁਣ ਦੇਖਾਂਗੇ ਬੈਸਟ ਖਿਡਾਰੀ ਕਿਹੜੇ ਬਣੇ ਆਏ ਬੈਸਟਾਂ ਦੇ ਫੈਸਲੇ ਆਏ ਦੇਖਾਂਗੇ ਕਿਹੜੇ ਭਾਗਾਂ ਵਾਲੇ ਖਿਡਾਰੀ ਹੋਣਗੇ ਜਿਹੜੇ ਭਾਗਪੁਰ ਦੇ ਕਬੱਡੀ ਕੱਪ ਵਾਲੀਬਾਲ ਕੱਪ ਦੇ ਜਿਹੜੇ ਬੈਸਟ ਰਹੇ ਚਾਂਗਲੀ ਵਾਲੇ ਥੋੜੇ ਸਮੇਂ